क्या बात है, ठीक है, उसी हाथ से एंड कंट्रोल एंड है डाउन डाउन, द स्विच ठीक है जी, और मूव, मूव होगी जी, यू नो लेफ्ट राइट तुसी कर सकते हो ठीक है जी। ये जो वीडियो बनाने अप एकदम टू हाथ थ्री शेक, सिक्सटी हाँ हाथ, अच्छा अपने हाँ जी वाल भी आया 360 हो गया, ठीक है, उतो दोबारे बैक आऊंगा जी, हाँ जी आऊंगा। ठीक है। ते हाँ जी दोस्तों, जिंदगी दीयां खेडां दे विच इक वार फिर तुहाडा स्वागत है। ते अज अज जिहड़े अज ट्रैक्टरां वाली कोई वीडियो नहीं हैगी। अज जिहड़े भरा मैनूं मैसेज करदे ने वी वीरे तुसीं फोन किहड़ा यूज़ करदे हो वीडियो बनाउण लई, जां तुसीं माइक किहड़ा यूज़ करदे हो, तुहाडे कोल वी वीडियो एडिट कास्ट किहड़ी चीज़ ते करदे होंगे, उह चीज़ां बारे तुहानूं दस्सांगे। ते मैं इक दो चीज़ां अज अपने लई खरीदण आयांगा, ਉਹ ਚੀਜ਼ਾਂ ਵੀ ਤੁਹਾਨੂੰ ਦਿਖਾਵਾਂਗੇ, ਤੇ ਜਿਹਦੇ ਨਾਲ ਤੁਸੀਂ ਅੱਗੇ ਅੱਗੇ ਜਾ ਕੇ ਦੇਖੋਗੇ ਹੁਣ ਜਿਹੜੀਆਂ ਆਪਣੀਆਂ ਹੋਰ ਵੀਡੀਓਜ਼ ਆਉਣਗੀਆਂ ਉਹਨਾਂ ਦੀ ਕੁਆਲਿਟੀ ਦੇ ਵਿੱਚ ਸੁਧਾਰ ਆਊਗਾ। ਵੀ ਉਹ ਵੀਡੀਓ ਘੱਟ ਸ਼ੇਕ ਘੱਟ ਕਰਨਗੀਆਂ ਜਾਂ ਕੁਝ ਵੀ ਉਦਾਂ ਦਾ ਕੁਝ ਵੀ ਤੁਸੀਂ ਉਹ ਫੀਲ ਕਰੋਗੇ ਜਾਂ ਉਹ ਚੀਜ਼ਾਂ ਦੇ ਲਿਆਉਣ ਨਾਲ, ਤੇ ਕਲੀਅਰ ਤੁਹਾਨੂੰ ਵੀਡੀਓਜ਼ ਦਿਖਾਉਣਗੀਆਂ ਆਪਣੀਆਂ। ਪਰ ਫੋਨ ਮੈਂ ਉਹੀ ਯੂਜ਼ ਕਰੂੰਗਾ ਹਲੇ ਵੀ, ਕਿਉਂਕਿ ਫੋਨ ਵੀ ਮੈਂ ਮੈਨੂੰ ਫੋਨ ਦੇ ਵਿੱਚ ਮੈਂ ਵੀਡੀਓ ਐਡਿਟ ਕਰ ਰਿਹਾ ਕਿ ਫੋਨ ਆਪਣੇ ਕੋਲ 7S ਹੈ, ਸੈਮਸੰਗ 7S, ਤੇ ਉਹੀ ਯੂਜ਼ ਕਰੀ ਜਾ ਰਿਹਾ, ਉਹੀ ਚੱਲੀ ਜਾ ਰਹੇਗਾ, ਤੇ ਤੁਹਾਡਾ ਪਿਆਰ ਮਿਲੀ ਜਾ ਰਹੇਗਾ। ਤੇ ਅੱਜ ਮੈਂ ਆਇਆ ਸੰਜੇ ਫੋਟੋ ਸੰਗਰੂਰ, ਸੰਜੇ ਫੋਟੋਜ਼ ਉਰੇ ਨਾ ਜਿਹੜੇ ਆਪਣੇ ਮੇਨ ਇਹਨਾਂ ਦਾ ਜਿਹੜਾ ਵੀ ਇਹ ਸਾਰੀ ਸ਼ੋਪ ਹੈ, ਜਿੰਨੇ ਵੀ ਫੋਟੋਗ੍ਰਾਫਰ ਨੇਗੇ ਉਹ ਪ੍ਰੋਡਕਟ ਇਹਨਾਂ ਕੋਲ ਸਾਰੇ ਉਹੀ ਨੇ ਹੈ ਨਾ ਜੀ, ਫੋਟੋਗ੍ਰਾਫਰ ਵਾਲੇ ਹਾਂਜੀ, ਜੋ ਵੀ ਫੋਟੋਗ੍ਰਾਫਰ ਯੂਜ਼ ਕਰਦੇ ਨੇ, ਜੋ ਚੀਜ਼ਾਂ ਬੈਟਰੀਆਂ ਲਾਈਟਸ ਜੋ ਵੀ ਸਾਰੇ ਤੁਸੀਂ ਮੇਰੇ ਕੋਲ ਸਮਾਨ ਦੇਖੋਗੇ ਉਹ ਨੇ। ਬਾਕੀ ਜਿੰਨੇ ਵੀ ਯੂਟਿਊਬਰ ਸਾਡੇ ਏਰੀਏ ਦੇ ਨੇ, ਸੰਗਰੂਰ ਏਰੀਏ ਦੇ ਨੇਗੇ, ਜਾਂ ਕੋਈ ਹੋਰ ਵਲੋਗ ਬਣਾਉਂਦੇ ਨੇ, ਜਾਂ ਪੱਤਰਕਾਰ ਨੇਗੇ ਜਿਹੜੇ ਕੈਮਰੇ ਜਾਂ ਜਿਹੜੀਆਂ ਚੀਜ਼ਾਂ ਉਹ ਯੂਜ਼ ਕਰਦੇ ਨੇ, ਉਹ ਚੀਜ਼ਾਂ ਤੁਹਾਨੂੰ ਵੀ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂ। ਇੱਕ ਦੋ ਮੈਂ ਇੱਕ ਤਾਂ ਲੈਣੀ ਸੀ ਗਿੰਬਲ, ਇੱਕ ਮੈਂ ਲਾਈਟ ਲੈਣੀ ਸੀਗੀ ਵੀ ਜਿਹਦੇ ਨਾਲ ਰਾਤ ਨੂੰ ਜਿਵੇਂ ਅਸੀਂ ਕਈ ਵਾਰ ਕੰਮ ਕਰ ਰਹੇ ਹੁੰਦੇ ਹਾਂ ਤੁਹਾਨੂੰ ਰਾਤ ਨੂੰ ਹਨੇਰੇ ਦੇ ਵਿੱਚ ਵੀਡੀਓ ਸਾਫ਼ ਦਿਖਣ, ਉਹ ਚੀਜ਼ਾਂ ਦੇ ਰੇਟ ਵੀ ਦੱਸਾਂਗੇ ਤੇ ਮੈਂ ਕਿਹੜੀ ਕਿਹੜੀ ਚੀਜ਼ ਲੈਣਾ ਤੁਹਾਨੂੰ ਸਾਰਾ ਕੁਝ ਦਿਖਾਉਣਾ ਹੈਗਾ। ਤੇ ਹਾਂਜੀ, ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀਰੇ, ਸਾਡਾ ਗਿਵ ਅਵੇ ਆ ਰਿਹਾ ਸੀਗਾ, ਕੱਲ੍ਹ ਰਿਜ਼ਲਟ ਸੀ ਜੀ ਦਾ, ਤੇ ਉਹਦੀ ਆਪਣੀ ਜਿਹੜਾ ਹੁਣ ਮਾਹੌਲ ਆਪਣਾ ਬਣਿਆ ਹੋਏਗਾ, ਤੇ ਉਹਦੇ ਕਰਕੇ ਅਸੀਂ ਥੋੜ੍ਹਾ ਜਿਹਾ 10 ਕੁ ਦਿਨ ਅੱਗੇ ਕਰ ਦਿੱਤਾ ਹੈਗਾ ਰਿਜ਼ਲਟ, ਉਹਦਾ 9 ਤਰੀਕ ਨੂੰ ਆਉਣਾ ਹੈਗਾ। ਤੇ ਆਪਾਂ ਹੁਣ ਚੰਗੇ ਜਿਹੇ ਨਹੀਂ ਲੱਗਦੇ ਉਹ ਚੀਜ਼ਾਂ ਕਰਦੇ ਹੋਏ, ਵੀ ਹਾਂ ਆਪਾਂ ਕਿਸੇ ਨੂੰ ਖੁਸ਼ੀਆਂ ਹੀ ਵੰਡਦੇ, ਇੱਕ ਤਾਂ ਵੀ ਹੈ ਨਾ ਵੀ ਕੁਛ ਖੁਸ਼ੀਆਂ ਜਾਂ ਇਨਾਮ ਵੰਡਦੇ ਜਾਂ ਕੁਛ ਵੀ ਉੱਦਾਂ ਦਾ ਕੁਛ ਕਰਦੇ ਚੰਗੇ ਨਹੀਂ ਲੱਗਦੇ, ਇਸ ਕਰਕੇ ਗਿਵ ਅਵੇ ਅਸੀਂ ਅਗਲੀ 9 ਤਰੀਕ ਦਾ ਕਰ ਦਿੱਤਾ, 9 ਫਰਵਰੀ ਦਾ। ਤੇ ਉਹ ਇੰਸਟਾਗ੍ਰਾਮ ਤੇ ਵੀਡੀਓ ਪਾਈ ਹੋਈ ਹੈ, ਤੁਸੀਂ 5 ਇਨਾਮ ਜਿੱਤ ਸਕਦੇ ਹੋਗੇ, ਤੇ ਉਹ ਲਿੰਕ ਦਿੱਤੇ ਹੋਏ ਨੇ ਕਿ ਉਹ ਲਿੰਕ ਇੰਸਟਾਗ੍ਰਾਮ ਤੇ ਡਿਸਕ੍ਰਿਪਸ਼ਨ 'ਚ ਲਿੰਕ ਦਿੱਤੇ ਹੋਏ ਨੇ, ਉਹ ਲਿੰਕ ਤੇ ਜਾ ਕੇ ਸਾਨੂੰ ਫੋਲੋ ਕਰ ਲਓ ਇੰਸਟਾਗ੍ਰਾਮ ਤੇ ਉਹ ਵੀਡੀਓ ਦੇਖ ਲਓ, ਵੀਡੀਓ ਦਾ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ 'ਚ, ਤੇ ਉਹਦੇ ਹਿਸਾਬ ਨਾਲ ਜਿਹੜਾ ਕੁਝ ਵੀਡੀਓ 'ਚ ਦੱਸਿਆ ਹੋਇਆ ਹੈਗਾ ਉਹ ਕਮੈਂਟ ਕਮੁੰਟ ਜੀ ਕਰਨੇ ਨੇ, ਬਸ ਜ਼ਿਆਦਾ ਨਹੀਂ ਹੈਗਾ, ਤੇ ਉਹ ਕਰਕੇ ਤੁਸੀਂ 5 ਇਨਾਮ ਦੇ ਵਿੱਚੋਂ 1 ਇਨਾਮ ਜਿੱਤ ਸਕਦੇ ਹੋਗੇ। ਮੈਂ ਉਰੇ ਇਹਨਾਂ ਦੀ ਸ਼ੋਪ 'ਤੇ ਆਏਗਾ ਉਰੇ, ਸੰਜੇ ਆਪਣੀ ਸੰਜੇ ਫੋਟੋਜ਼, ਅਤੇ ਇਹਨਾਂ ਕੋਲ ਆਪਣੇ ਕੋਲ ਮੇਰੇ ਸੱਜੇ ਪਾਸੇ ਖੜ੍ਹੇ ਨੇਗੇ ਸੰਜੇ ਜੀ, ਅਤੇ ਨਾਲ ਨੇ ਰਾਕੇਸ਼ ਜੀ, ਅਤੇ ਇਹਨਾਂ ਦੀ ਇਹ ਸ਼ੋਪ ਹੈਗੀ। ਅਤੇ ਇਹਨਾਂ ਕੋਲੋਂ ਆਪਾਂ ਪੁੱਛਦੇ ਹਾਂ ਪਹਿਲਾਂ ਤਾਂ ਵੀ ਇਹਨਾਂ ਕੋਲ ਕੀ ਕੀ ਸਮਾਨ ਪਿਆ ਹੈਗਾ, ਸਾਰਾ ਕੁਝ ਉਹਦੇ ਬਾਰੇ ਜਾਣਕਾਰੀ ਲੈਂਦੇ ਹਾਂਗੇ, ਅਤੇ ਕੰਮ ਕੀ ਹੈ ਇਹਨਾਂ ਦਾ ਅਸਲ ਦੇ ਵਿੱਚ। ਅਤੇ ਸੰਜੇ ਜੀ ਦੱਸੋ ਜੀ ਪਹਿਲਾਂ ਤਾਂ। ਸਾਡਾ ਕੰਮ ਹੈ ਜੀ ਫੋਟੋ ਬੂਥਸ ਦਾ, ਠੀਕ ਹੈ ਜੀ, ਜਿਹਦੇ ਵਿੱਚ ਫੋਟੋਗ੍ਰਾਫਿਕ ਅਸੈਸਰੀ ਸਾਰੀ ਮਿਲ ਜਾਂਦੀ ਹੈ। ਹਾਂਜੀ, ਕੋਈ ਤੋਂ ਨੇਮ ਕਾਲਰ ਮਾਈਕ ਗਿੰਬਲ ਐਮਰਜੈਂਸੀ ਲਾਈਟ ਰਿੰਗ ਲਾਈਟ ਟ੍ਰਾਈਪੋਡ ਗੋਰੀਲਾ ਸਟੈਂਡ ਐਵਰੀਥਿੰਗ ਬੈਕਗ੍ਰਾਉਂਡਸ ਸਾਰਾ ਕੁਝ ਮਿਲ ਜਾਂਦਾ ਤੁਹਾਨੂੰ ਇਸ ਟਾਈਪ ਦਾ, ਠੀਕ ਹੈ ਜੀ, ਜੋ ਵੀ ਫੋਟੋਗ੍ਰਾਫਿਕ ਡਿਜ਼ਾਈਨ ਹੈ ਤੁਹਾਡੀ। ਓਕੇ ਜੀ, ਤੇ ਅੱਜ ਤੁਸੀਂ ਮੈਂ ਤੁਹਾਡੇ ਲਈ ਕੀ ਕੀ ਚੀਜ਼ਾਂ ਲੈ ਕੇ ਆਏ, ਜਿਹੜੀ ਚੀਜ਼ਾਂ ਆਪਾਂ ਨੇ ਚਲੋ ਕੱਢ ਲਈਆਂ ਨੇਗੀਆਂ ਉਹ ਵੀ ਦਿਖਾ ਦਿਓ ਵੀ ਆਪਾਂ ਕੀ 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 ਕੁਝ ਖਰੀਦਣਾ ਚਾਹੁੰਦੇ ਹਾਂਗੇ। ਤੁਸੀਂ ਇੱਕ ਤਾਂ ਗਿੰਬਲ ਚਾਹੁੰਦੇ ਹੋ ਹਾਂਜੀ ਸਟੈਬਲਾਈਜੇਸ਼ਨ ਲਈ, ਹਾਂਜੀ ਹਾਂਜੀ, ਤੇ ਇੱਕ ਕਾਲਰ ਮਾਈਕ, ਹਾਂਜੀ, ਸਿੰਗਲ ਐਂਡ ਡਬਲ ਦੋ ਜਣਿਆਂ ਲਈ ਵੀ ਕੰਮ ਕਰਦਾ ਇਹ, ਠੀਕ ਹੈ ਜੀ, ਔਰ ਸਿੰਗਲ ਲਈ ਵੀ ਕੰਮ ਕਰੂਗਾ, ਇੱਕ ਸਿੰਗਲ ਵੀ ਆਉਂਦਾ ਉਹ ਸਿੰਗਲ ਪਰਸਨ ਲਈ ਹੈ, ਇਹ ਡਬਲ ਹੈ ਡਬਲ ਪਰਸਨ ਲਈ ਹੈ। ਹਾਂਜੀ, ਔਰ ਇਸੇ ਤਰ੍ਹਾਂ ਇਹ ਵਾਇਰ ਵਾਇਰ ਵਾਲਾ ਹੈ, ਇਹ ਵਾਇਰ ਵਾਲਾ ਮਾਈਕ ਹੈ, ਇਹ ਵਾਇਰਲੈਸ ਹੈ, ਠੀਕ ਹੈ ਜੀ, ਸੈਰਾਮੋਨਿਕ, ਔਰ ਇਹ ਐਮਰਜੈਂਸੀ ਲਾਈਟ ਲੈ ਰਹੇ ਹੋ ਸੀ ਜੀ, 690 LED, ਠੀਕ ਹੈ ਜੀ। ਤੇ ਆਪਾਂ ਹੁਣ ਇਹ ਕੱਲੀ ਕੱਲੀ ਚੀਜ਼ ਆਪਾਂ ਖੋਲ ਕੇ ਦਿਖਾਉਣੇ ਆਪਣੇ ਭਰਾਵਾਂ ਨੂੰ ਸਾਰਾ ਕੁਝ ਜੀ।
ਤੇ ਹੁਣ ਮੈਂ ਇੱਕ 690 LED ਰਾਤ ਨੂੰ ਜਿਵੇਂ ਅਸੀਂ ਵੀਡੀਓ ਬਣਾਉਂਦੇ ਹੁੰਦੇ ਨਾ ਉਦੋਂ ਸਾਨੂੰ ਬੜੀ ਦਿੱਕਤ ਆਉਂਦੀ ਹੈਗੀ ਰਾਤ ਨੂੰ ਜਿਵੇਂ ਟਰੈਕਟਰ ਦੀ ਕੋਈ ਵੀਡੀਓ ਬਣਾ ਰਹੇ ਜਾਂ ਕਿਤੇ ਬਾਹਰ ਗਏ ਹੋਏ ਮੋਟਰ 'ਤੇ ਖੇਤ ਬੈਠੇ ਹੈਗੇ ਤਾਂ ਰਾਤ ਨੂੰ ਹਨੇਰੇ 'ਚ ਵੀਡੀਓ ਨਹੀਂ ਸ਼ੂਟ ਹੋ ਪਾਉਂਦੀ ਜਿੱਥੇ ਤੱਕ ਫੋਨ ਦੀ ਫਲੈਸ਼ ਜਾਂਦੀ ਉੱਥੇ ਤੱਕ ਹੀ ਇਕੱਲਾ ਮੈਂ ਵੀਡੀਓ ਬਣਾ ਸਕਦਾ ਅਤੇ ਇਹ ਜਿਹੜੀ LED ਹੈਗੀ ਇਹ ਇੱਕ ਤਰ੍ਹਾਂ ਨਾਲ ਫਲੈਸ਼ ਲਾਈਟ ਹੀ ਹੈਗੀ ਅਤੇ ਇਹ ਫਲੈਸ਼ ਲਾਈਟ ਨਾਲ ਰਾਤ ਨੂੰ ਅਸੀਂ ਵੀਡੀਓ ਬਣਾ ਸਕਦੇ ਹਾਂ ਚਾਰਜ ਹੁੰਦੀ ਹੈਗੀ ਇਹਦੇ ਨਾਲ ਬੈਟਰੀ ਹੈਗੀ ਉਹ ਚਾਰਜ ਹੋ ਜਾਂਦੀ ਹੈਗੀ ਅਤੇ ਇਹਦੀ ਅਨਬੋਕਸਿੰਗ ਕਰਕੇ ਦਿਖਾਉਂਦੇ ਇਹਦੇ ਵਿੱਚ ਕੀ ਕੁਛ ਹੈਗਾ ਅਤੇ ਇਹਨਾਂ ਦਾ ਸੇਲ ਪ੍ਰਾਈਜ਼ ਕੀ ਹੈ ਉਹ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਖੋਲੋ ਸਰ ਇਹਨੂੰ ਰਕੇਸ਼ ਜੀ ਜੀ ਇਹ ਚਾਰਜਰ ਹੈ ਜੀ ਇਸਦਾ ਅੱਛਾ ਜੀ ਇਹ ਆ ਗਿਆ ਜੀ ਇੱਕ ਚਾਰਜ ਇਹ ਆ ਗਈ ਬੈਟਰੀ ਹੈ ਜੀ ਇਹ ਅੱਛਾ ਇਹ ਚਾਰਜਰ ਹੈ ਇਹਦਾ ਹਾਂਜੀ ਠੀਕ ਹੈ ਜੀ ਇੱਕ ਬੈਟਰੀ ਆ ਗਈ ਠੀਕ ਹੈ ਜੀ ਇਹ ਵਾਇਰ ਹੋ ਗਈ ਚਾਰਜਰ ਦੀ ਓਕੇ ਜੀ ਇਹ ਲਾਈਟ ਹੋ ਗਈ ਤੇ ਇਹ ਲਾਈਟ ਹੋ ਗਈ ਔਰ ਇਹ ਹੁੱਡ ਸ਼ੂ ਹੋ ਗਿਆ ਇਸਦੇ ਥੱਲੇ ਲੱਗਦਾ ਇਹਦੇ ਨਾਲ ਆਪਾਂ ਕਿਸੇ ਸਟੈਂਡ ਦੇ ਉੱਤੇ ਇਹਨੂੰ ਖੜਾ ਸਕਦੇ ਹਾਂਗੇ ਤੇ ਇਹ LED ਲਾਈਟ ਹੈਗੀ ਹਾਂਜੀ ਹਾਂ ਇਹ ਆਪਣੀ ਇੱਕ ਲੱਗੀ ਵੀ ਹੋਈ ਹੈਗੀ ਆਪਾਂ ਹਾਂ ਬਿਲਕੁਲ ਜੀ ਹਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਕਿੱਥੇ ਫਿੱਟ ਹੋਊਗੀ ਇਹ ਬਸ ਸਿਰਫ ਇਸ ਤੇ ਇਸ ਤਰ੍ਹਾਂ ਹੀ ਫਿੱਟ ਹੋਊਗੀ ਠੀਕ ਹੈ ਜੀ ਔਰ ਇਹ ਮਾਊਂਟ ਇੱਕ ਕਰਨ ਲਈ ਇੱਕ ਕਲੰਪ ਆਉਂਦਾ ਹੈ ਤੁਹਾਨੂੰ ਕਲੰਪ ਦਿਖਾਉਂਦਾ ਇਹ ਕਲੰਪ ਹੈ ਜਿਹੜਾ ਸਟੈਂਡ ਦੇ ਉੱਤੇ ਲੱਗ ਜਾਂਦਾ ਹੈ ਜੀ ਅੱਛਾ ਜੀ ਇਹ ਇਹ ਕਲੰਪ ਇਹਦੇ ਵਿੱਚ ਲੱਗ ਕੇ ਅਲੱਗ ਆਉਂਦਾ ਹੈਗਾ ਇਸ ਦੇ ਥੱਲੇ ਲੱਗ ਜੂਗਾ ਠੀਕ ਹੈ ਠੀਕ ਹੈ ਠੀਕ ਕਸਿਆ ਜਾ ਸਕਦਾ ਇਹਦੇ ਉੱਤੇ ਕਸਿਆ ਜਾ ਸਕਦਾ ਹੈਗਾ ਠੀਕ ਹੈ ਜੀ ਫਿਰ ਉਹ ਸਟੈਂਡ ਦੇ ਉੱਤੇ ਲਾਈਟ ਖੜ ਜੂਗੀ ਤੇ ਲਾਈਟ ਆਪਾਂ ਮੈਂ ਲੱਗੀ ਹੋਈ ਤੁਹਾਨੂੰ ਮੈਂ ਦਿਖਾਉਂਦਾ ਹੈਗਾ ਜਿਹੜੀ ਇੱਕ ਪਹਿਲਾਂ ਚੱਲ ਵੀ ਰਹੀ ਹੈਗੀ ਤੇ ਇਹਦਾ ਇਹਦੀ ਵਰਕਿੰਗ ਵੀ ਦਿਖਾਉਣੀ ਹੈਗੀ ਤੇ ਹੁਣ ਇੱਕ ਨਾ ਇਹ ਸਟੈਂਡ ਹੈਗਾ ਸਟੈਂਡ ਵੀ ਮੈਨੂੰ ਇਹਦੇ ਲਾਈਟ ਦੇ ਨਾਲ ਲੈਣਾ ਜ਼ਰੂਰੀ ਹੈਗਾ ਅਤੇ ਇਹ ਸਟੈਂਡ ਵੀ ਮੈਂ ਫਾਈਨਲ ਕਰ ਰਿਹਾ ਇੱਕ ਆਹ ਸਟੈਂਡ ਵੀ ਲਊਂਗਾ ਲਾਈਟ ਵਾਸਤੇ ਜਿਹੜਾ ਸਪੈਸ਼ਲ ਅਤੇ ਗੱਡੀ ਦੇ ਵਿੱਚ ਆਪਾਂ ਪੂਰੇ ਫੋਟੋਗ੍ਰਾਫਰਾਂ ਵਾਲੀ ਫੀਲਿੰਗ ਲੈਣੀ ਹੁਣ ਅੱਜ ਤੋਂ ਬਾਅਦ ਅਤੇ ਸੰਜੇ ਜੀ ਇਹਨੂੰ ਕਰਿਓ ਨੀਚੇ ਆਪਾਂ ਹੁਣ ਇਕੱਲੀ ਲਾਈਟ ਚੱਲਦੀ ਦਿਖਾਉਂਦੇ ਹੈਗੇ ਇਹ 8 ਫੁੱਟ ਉੱਚਾ ਹੋ ਜਾਂਦਾ ਜੀ ਓਹੋ ਅੱਛਾ ਜੀ 8 ਫੁੱਟ ਉੱਚਾ ਹਾਂਜੀ ਸਟੈਂਡ ਹੋਰ ਉੱਚਾ ਕਰ ਸਕਦੇ ਕਰਿਓ 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 ਦੇਖੀ ਕਿੱਥੇ ਤੱਕ ਜਾਂਦਾ ਬਸ ਬਸ ਇੰਨੀ ਉੱਚੀ ਤੱਕ ਲਾਈਟ ਕੀ ਕਰਨੀ ਆਪਾਂ ਨੇ ਔਰ ਇਸ ਨੂੰ ਮੈਂ ਡਾਊਨ ਕਰ ਰਿਹਾ ਹਾਂ ਠੀਕ ਹੈ ਜੀ 8 ਫੁੱਟ ਉੱਚਾ ਸਟੈਂਡ ਹੋ ਜਾਂਦਾ ਇਹ ਤੇ ਇਹ ਲਾਈਟ ਨੂੰ ਇੱਕ ਵਾਰ ਤੁਸੀਂ ਇਹਨੂੰ ਚਲਾ ਕੇ ਵੀ ਦਿਖਾ ਦਿਓ ਹੁਣ ਇਹਦੀ ਲਾਈਟ ਕਿੰਨੀ ਕੁ ਰੋਸ਼ਨੀ ਕੀ ਬਾਤ ਹੈ ਜੀ ਅੱਖਾਂ 'ਚ ਪੈ ਰਹੀ ਹੈ ਪੂਰੀ ਇਸ ਕੈਲਵਿਨ ਵੀ ਹੈ ਅੱਛਾ ਜੀ ਇਹ ਕੱਟ ਇਹ ਹੋ ਲਾਈਟ ਹੋ ਜਾਂਦੀ ਹੈ ਠੀਕ ਹੈ ਜੀ yellow ਵੀ ਐਡ ਹੋ ਜਾਂਦਾ ਇਸ ਦੇ ਵਿੱਚ ਠੀਕ ਹੈ ਜੀ ਐਜ਼ ਪਰ ਡਿਜ਼ਾਇਰ ਓਕੇ yellow ਐਂਡ ਵਾਈਟ ਲਾਈਟ ਇਹ ਜਿੰਨੀ ਆਪਾਂ ਨੇ ਘੱਟ ਕਰਨੀ ਹੈ ਰੋਸ਼ਨੀ ਘੱਟ ਕਰ ਸਕਦੇ ਹਾਂ ਜਿੰਨੀ ਆਪਾਂ ਜ਼ਿਆਦਾ ਕਰਨੀ ਹੈ ਕਰ ਸਕਦੇ ਹਾਂ yellow ਵੀ ਪਾ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਦਿਖਾਇਓ ਸਾਨੂੰ ਇਹਦੇ ਵਿੱਚ ਤੁਸੀਂ ਵੀ ਕਿਵੇਂ ਕਹਿ ਰਹੇ ਹੋਗੇ ਆਹ ਆਪਾਂ ਹੁਣ ਉੱਥੇ ਚੱਲ ਰਹੀ ਹੈਗੀ ਹਾਂਜੀ ਇਸ ਕਿਹੜੇ ਪਾਰਟ ਤੋਂ ਆਪਾਂ ਘੱਟ ਕਰ ਸਕਦੇ ਹਾਂ ਕਿਹੜੇ ਤੋਂ ਜ਼ਿਆਦਾ ਕਰ ਸਕਦੇ ਹਾਂ ਇਹਦੀ ਲਾਈਟ ਇਹਨਾਂ ਇਸ ਤੋਂ ਆਨ ਆਫ ਕਰ ਸਕਦੇ ਹਾਂ ਜੀ ਅੱਛਾ ਜੀ ਥੋੜਾ ਨੀਚੇ ਕਰਕੇ ਦਿਖਾ ਦਿਓ ਲਾਈਟ ਪੈ ਰਹੀ ਹੈ ਮੈਂ ਇਸੇ ਨੂੰ ਦਿਖਾਉਣਾ ਜੀ ਲਾਈਟ ਨੂੰ ਹਾਂਜੀ ਜੀ ਇੱਥੋਂ ਆਨ ਆਫ ਹੋ ਗਿਆ ਜੀ ਹਾਂਜੀ ਇਹ ਬੈਟਰੀ ਇੰਡੀਕੇਸ਼ਨ ਆ ਰਹੀ ਹੈ ਬੈਟਰੀ ਇੰਡੀਕੇਸ਼ਨ ਹੈ ਠੀਕ ਹੈ ਜੀ ਬੈਟਰੀ ਚ ਕਿੰਨੀ ਚਾਰਜ ਹੈਗੀ ਹਾਂਜੀ ਤੇ ਇਹਦੇ ਤੋਂ ਵਾਈਟ ਹੋ ਗਈ ਕਰਨ ਲਈ ਇਹ ਨੀਚਲਾ ਸਵਿਚ ਹੈ ਠੀਕ ਹੈ ਜੀ ਇਸ ਨੂੰ ਵਧਾ ਸਕਦੇ ਜਿੰਨੀ ਲਾਈਟ ਵਧਾਣੀ ਠੀਕ ਹੈ ਜੀ ਉਸ ਤੋਂ ਬਾਅਦ ਯੈਲੋ ਜਿੰਨਾ ਵਧਾਣਾ ਵਧਾ ਸਕਦੇ ਹੋ ਘਟਾਣਾ ਉੱਪਰਲੇ ਸਵਿਚ ਤੋਂ ਘਟਾ ਠੀਕ ਆ ਆਪ ਆਪਣੇ ਜਿਵੇਂ ਤੁਹਾਨੂੰ ਵੀਡੀਓ ਸੋਹਣੀ ਲੱਗ ਰਹੀ ਹੈ ਕਿ ਜਿਹੜੇ ਜਿੱਦਾਂ ਦਾ ਤੁਹਾਨੂੰ ਹਨਾ ਹਾਂਜੀ ਉਹ ਉਹੇ ਜਾ ਤੁਸੀਂ ਉਹ ਕਰ ਸਕਦੇ ਹੋ ਲਾਈਟ ਓਨਿਕ ਕਰ ਸਕਦੇ ਹੋ ਹਾਂਜੀ ਠੀਕ ਹੈ ਸਰ ਮੈਂ ਯੈਲੋ ਐਡ ਕਰ ਚਲੋ ਇਹ ਆਪਣੀ ਫਾਈਨਲ ਹੋ ਗਈ ਇਹ ਤਾਂ ਆਪਾਂ ਖਰੀਦ ਹੀ ਰਹੇ ਹਾਂ ਲਾਈਟ ਹੁਣ ਇੱਕ ਕਲੰਪ ਵੀ ਨਾਲ ਲੈ ਸਕਦੇ ਹੋ ਇੱਕ ਕਲੰਪ ਲਗਾ ਕੇ ਈਜ਼ੀ ਹੈ ਕੈਰੀ ਕਰਨਾ ਹਾਂਜੀ ਕਲੰਪ ਫਿਰ ਚਾਹੀਦਾ ਹੀ ਹੈ ਕਲੰਪ ਵੀ ਠੀਕ ਹੈ ਜੀ ਤੇ ਆਪਾਂ ਨੂੰ ਰਕੇਸ਼ ਜੀ ਹੋਰ ਦੱਸੋ ਮੈਨੂੰ ਹੁਣ ਆਪਾਂ ਮੇਨ ਆਪਾਂ ਗਿੰਬਲ ਖੋਲਦੇ ਹਾਂਗੇ ਓਕੇ ਗਿੰਬਲ ਮਾੜਾ ਜਿਹਾ ਦਿਖਾ ਦਈਏ ਸਾਰਿਆਂ ਨੂੰ ਠੀਕ ਹੈ ਗਿੰਬਲ ਆਪਾਂ ਹੁਣ ਇੱਕ ਗਿੰਬਲ ਖਰੀਦ ਰਹੇ ਹਾਂ ਮੇਰੇ ਲਈ ਖਰੀਦੀ ਹੈ ਇਹ ਅਤੇ ਤੁਹਾਡੇ ਲਈ ਖਰੀਦੀ ਹੈ ਤੁਹਾਨੂੰ ਵੀਡੀਓ ਦਿਖਾਇਆ ਕਰਾਂਗੇ ਗਿੰਬਲ ਦੇ ਨਾਲ ਅਤੇ ਇਹ ਡਿਜੀਟੈਕ ਦੀ ਹੈਗੀ ਹਾਂਜੀ ਡਿਜੀਟੈਕ ਦੀ ਗਿੰਬਲ ਹੈ DSG005 ਮਾਡਲ ਨੰਬਰ ਹੈ ਇਹਦਾ ਅਤੇ ਇਹ ਗਿੰਬਲ ਆਪਾਂ ਆਪਣੇ ਲਈ ਖਰੀਦੀ ਹੈਗੀ ਦਿਖਾਓ ਜੀ ਇਹਦੀ ਅਨਬੋਕਸਿੰਗ ਕਰ ਰਹੇ ਹਾਂਗੇ ਤੇ ਦਿਖਾਉਣੇ ਆ ਤੁਹਾਨੂੰ ਇਹਦੇ ਵਿੱਚੋਂ ਕੀ ਕੁਛ ਨਹੀਂ ਮਿਲਦਾ ਆਪਾਂ ਨੂੰ ਇਹ ਗਿੰਬਲ ਦੇ ਵਿੱਚ ਡੱਬਾ ਖੋਲ ਕੇ ਤੁਹਾਡੇ ਸਾਹਮਣੇ ਠੀਕ ਹੈ ਜੀ
ਇਹਦੇ ਵਿੱਚ ਕੀ ਕੁਝ ਹੈ? ਪਹਿਲਾਂ ਜਦੋਂ ਆਪਾਂ ਡੱਬੇ ਨੂੰ ਖੋਲਦੇ ਹਾਂ, ਸਭ ਤੋਂ ਪਹਿਲਾਂ ਇਹ ਕੀ ਚੀਜ਼ ਹੈ? ਲੈਗਸ ਮਾਊਂਟ ਕਰਨ ਲਈ। ਠੀਕ ਹੈ ਜੀ। ਇਹ ਨੀਚੇ ਜਦੋਂ ਇਹ ਗਿੰਬਲ ਨੂੰ ਆਪਾਂ ਜਿਵੇਂ ਇਕੱਲਾ ਹੱਥ 'ਚ ਵੀ ਯੂਜ਼ ਕਰਦੇ ਤੇ ਸਟੈਂਡ ਵਾਂਗੂ ਵੀ ਜਿਵੇਂ ਗੋਰੀਲਾ ਸਟੈਂਡ ਜਾਂ ਦੂਸਰੇ ਸਟੈਂਡ ਨੇ ਉਹਨਾਂ ਵਾਂਗੂ ਵੀ ਯੂਜ਼ ਕਰ ਸਕਦੇ। ਇਹ ਇਹਦਾ ਸਟੈਂਡ ਹੈ ਇੱਕ ਨਾਲ, ਅਤੇ ਇਹਦੀ ਇਹ ਸਟੈਪ। ਹਾਂਜੀ, ਇਹ ਗਿੰਬਲ ਹੈ। ਤੁਸੀਂ ਸਟੈਪ ਕਿਹਾ, ਮੈਂ ਤਾਂ ਰੱਸੀ ਜੀ ਕਹਿਣਾ ਸੀਗਾ। ਅਤੇ ਆਹ ਗਿੰਬਲ ਹੈ ਜੀ। ਠੀਕ ਹੈ, ਮੈਂ ਪਹਿਲੀ ਵਾਰ ਕੋਈ ਗਿੰਬਲ ਆਪਣੇ ਹੱਥ 'ਚ ਫੜ ਕੇ ਦੇਖ ਰਿਹਾ। ਠੀਕ ਹੈ ਜੀ। ਤੇ ਇਹਨੂੰ ਯੂਜ਼ ਕਿਵੇਂ? ਵਾਇਰ ਇਹਦੀ ਚਾਰਜ ਕਰਨ ਵਾਸਤੇ ਤੇ ਫੋਨ ਦੇ ਅਟੈਚ ਕਰਨ ਵਾਸਤੇ। ਠੀਕ ਹੈ ਜੀ, ਇਹਨੂੰ ਔਨ ਕਰਿਓ। ਤੇ ਇਹ ਚੀਜ਼ਾਂ ਭਰਾ ਜਿਹੜੇ ਯੂਟਿਊਬ ਕਰਨਾ ਚਾਹੁੰਦੇ ਨੇ, ਯੂਟਿਊਬ 'ਤੇ ਆਉਣਾ ਚਾਹੁੰਦੇ ਨੇ ਗੇ, ਉਹਨਾਂ ਲਈ ਇਹ ਚੀਜ਼ਾਂ ਵੀ ਉਹਨਾਂ ਲਈ ਇਹ ਵੀਡੀਓ ਕਾਫੀ ਮਾਇਨੇ ਰੱਖੂਗੀ, ਕਿਉਂਕਿ ਉਹ ਦੇਖਣਗੇ ਵੀ ਕਿੰਨੇ ਕੁ ਉਹ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ, ਕਿੰਨੇ ਕੁ ਪੈਸੇ ਲਾਉਣਾ ਚਾਹੁੰਦੇ ਨੇ। ਮੇਰੇ 80,000-81,000 ਸਬਸਕ੍ਰਾਈਬਰ ਹੋ ਗਏ, ਮੈਂ ਹਾਲੇ ਤੱਕ ਮੈਨੂੰ ਇਹ ਚੀਜ਼ ਦੀ ਵੈਸੇ ਲੋੜ ਨਹੀਂ ਪਈ ਸੀ। ਇਹ ਚੀਜ਼ ਜਦੋਂ ਆਪਾਂ ਨੂੰ ਐਂ ਲੱਗਦਾ ਵੀ ਆਪਾਂ ਨੇ ਪਹਿਲਾਂ ਨਾ ਪੈਸੇ ਲਾਓ, ਮੈਂ ਇੱਕ ਆਈਡੀਆ ਦਊਂਗਾ ਤੁਹਾਨੂੰ ਵੀ ਤੁਸੀਂ ਪਹਿਲਾਂ ਨਾ ਪੈਸੇ ਲਾਓ ਕਿਸੇ ਵੀ ਚੀਜ਼ 'ਤੇ। ਹਾਂਜੀ, ਠੀਕ ਹੈ ਜੀ। ਚਾਰਜ ਥੋੜ੍ਹਾ ਕਰਨਾ ਪਊਗਾ, ਮੈਨੇ ਔਨ ਤਾਂ ਕਰਤਾ, ਆਪਾਂ ਐਪਲੀਕੇਸ਼ਨ ਆਉਣ ਲੱਗ ਗਈ ਸੀ। ਠੀਕ ਹੈ ਜੀ। ਤੇ ਇਸ ਦੇ ਵਿੱਚ ਇਸ ਤਰ੍ਹਾਂ ਮੋਬਾਈਲ, ਤੁਸੀਂ ਉਹ ਡੰਮੀ ਪਾ ਲਓ ਜਾਂ ਆਪਣਾ ਫੋਨ ਪਾ ਲਓ, ਡੰਮੀ ਪਾ ਕੇ ਦਿਖਾਇਓ ਕਿਵੇਂ। ਹਾਂਜੀ, ਡੰਮੀ ਪਾ ਕੇ ਦਿਖਾਇਓ ਇਹਦੇ ਵਿੱਚ ਇਹ ਕਿਵੇਂ ਵਰਕ ਕਰੂਗੀ। ਆ ਲਾਈਟ ਇੱਧਰ ਕਰ ਲਓ ਥੋੜ੍ਹੀ, ਉੱਥੇ ਕਰ ਲਓ, ਸਹੀ ਹੈ। ਇਹਦੇ ਵਿੱਚ ਡੰਮੀ ਇੱਕ ਫੋਨ ਪਾ ਕੇ ਆਪਾਂ ਵੀ ਫੋਨ ਕਿਵੇਂ ਉਹ ਕਰਦਾ, ਅਤੇ ਉਸ ਤੋਂ ਬਾਅਦ ਫਿਰ ਮੈਂ ਆਪਾਂ ਵੀਡੀਓ ਇਹਦੇ ਵਿੱਚ ਬਣਾਵਾਂਗੇ ਇਹਨੂੰ ਯੂਜ਼ ਕਰਨ ਦੇ। ਜਦੋਂ ਮੈਂ ਸਾਹਮਣੇ ਆਊਂਗਾ ਤਾਂ ਇਹਦੇ ਵਿੱਚ ਵੀਡੀਓ ਬਣਾ ਕੇ ਦੇਖਾਂਗੇ ਆਪਾਂ ਫਿਰ ਕਿਵੇਂ ਵੀਡੀਓ ਬਣਦੀ ਹੈਗੀ। ਇਹ ਚੀਜ਼ਾਂ ਵੀਡੀਓ ਅੱਗੇ ਆਪਣੇ ਐਂ ਲਾ ਲਓ ਵੀ ਹੁਣ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋ ਗਈਆਂ ਸੀਗੀਆਂ, ਕਿਉਂਕਿ ਬਾਕੀ ਸਾਰਾ ਕੁਝ ਸਹੀ ਹੈ, ਬਸ ਕੈਮਰਾ ਕੁਆਲਿਟੀ ਆਪਾਂ ਨੂੰ ਥੋੜ੍ਹੀ ਜਿਹੀ ਲੋਅ ਲੱਗ ਰਹੀ ਸੀਗੀ। ਇਹਦੇ ਨਾਲ ਥੋੜ੍ਹਾ ਜਿਹਾ ਆਪਾਂ ਵੀਡੀਓ ਬਣਾਉਣ ਦਾ, ਅੱਜ ਵਾਲੀ ਵੀਡੀਓ ਦੇਖੋਗੇ ਜਿਵੇਂ ਤੁਹਾਨੂੰ ਪਹਿਲਾਂ ਨਾਲ ਫਰਕ ਲੱਗੂਗਾ। ਕਰ ਲਓ ਬੈਟਰੀ ਆਪਾਂ ਚਾਰਜ ਕਰਕੇ ਹੋ ਗਿਆ। ਠੀਕ ਹੈ ਜੀ। ਮੈਨੂੰ ਵੀ ਹਲੇ ਪਾ ਲਾ ਲਓ 10 ਦਿਨ ਲੱਗ ਜਾਣਗੇ ਇਹਨੂੰ, ਮੈਨੇ ਸਿੱਖੂੰਗਾ ਹੀ ਯੂਜ਼ ਕਰਨਾ। ਜਦੋਂ ਵੀਡੀਓ ਬਣਾਉਂਦੇ ਇੱਕਦਮ ਹੱਥ ਸ਼ੇਕ, ਹਾਂ ਹੱਥ, ਅੱਛਾ ਆਪਣੇ ਵੱਲ ਵੀ ਆਇਆ 360 ਹੋ ਗਿਆ। ਠੀਕ ਹੈ, ਉੱਥੋਂ ਦੁਬਾਰਾ ਬੈਕ ਆਊਗਾ ਜੇ ਆਊਗਾ। ਠੀਕ ਹੈ, ਸਮਝ ਗਏ ਸਮਝ ਗਏ। ਅਤੇ ਇਹ ਚੀਜ਼ ਜਦੋਂ ਵੀ ਮੈਂ ਵੀਡੀਓ ਬਣਾ ਰਿਹਾ ਹੁੰਦਾ ਕਾਫੀ ਸ਼ੇਕ ਕਰਦੀ ਹੈ ਵੀਡੀਓ, ਇੱਧਰ ਉੱਧਰ ਹੱਥ ਹਿੱਲਦਾ ਹੈਗਾ, ਵੀਡੀਓ ਦੇਖਣੀ ਵੀ ਮੁਸ਼ਕਿਲ ਹੋ ਜਾਂਦੀ ਹੈ। ਸਮੂਥ ਚੱਲੂਗਾ, ਸਮੂਥ ਬਣੂਗੀ ਪਿਕਚਰ। ਹਾਂਜੀ ਹਾਂਜੀ ਹਾਂਜੀ। ਅੱਛਾ, ਚਾਹੇ ਮੈਂ ਭੱਜ ਕੇ ਵੀਡੀਓ ਬਣਾ ਲਾ ਤਾਂ ਸਿੱਧੀ ਬਣੂਗੀ ਵੀ ਹਿੱਲੂ ਨਹੀਂ। ਹਾਂਜੀ ਠੀਕ ਹੈ ਜੀ। ਮੇਨ ਮੋਟਿਵ ਇਹਦਾ ਸਟੈਬਲਾਈਜੇਸ਼ਨ ਹੈ। ਓਕੇ ਠੀਕ ਹੈ ਜੀ, ਬਹੁਤ ਸੋਹਣੀ ਚੀਜ਼ ਹੈ। ਚਲੋ ਕੋਈ ਚੱਜ ਦੀ ਚੀਜ਼ ਤੇ ਪੈਸੇ ਲਾ। ਟੈਲੀਵਾਈਡ ਵੀ ਹੈ, ਟੈਲੀਵਾਈਡ ਵੀ ਕਰ ਸਕਦੇ ਹੋ ਉਸ ਨੂੰ। ਠੀਕ ਹੈ ਜੀ। ਟੈਲੀਵਾਈਡ ਦਾ ਮਤਲਬ ਵੀ ਜਿਵੇਂ ਟੈਲੀਵਾਈਡ ਅੱਗੇ ਪਿੱਛੇ ਕਰ ਸਕਦੇ, ਜ਼ੂਮ ਵੀ ਕਰ ਸਕਦੇ। ਅੱਗੇ ਸਾਰਾ ਜ਼ੂਮ ਨਹੀਂ, ਫੋਨ ਦੇ ਵਿੱਚੋਂ ਜ਼ੂਮ ਹੋਊਗਾ। ਅੱਛਾ ਅੱਛਾ ਜੀ, ਫਿਰ ਉਹ ਇਹ ਚੀਜ਼ ਵਧੀਆ ਜੀ ਫਿਰ ਤਾਂ। ਵੀ ਮੇਨ ਤਾਂ ਜ਼ੂਮਿੰਗ ਦੀ ਨਹੀਂ, ਫੋਨ ਦੇ ਉੱਤੇ ਆਪਾਂ ਕਲਿੱਕ ਕਰਕੇ ਕਰਦੇ ਸੀ ਜਾਂ ਕੁਝ ਵੀ ਕਰਦੇ ਸੀਗੇ ਤਾਂ ਇਹਦੇ ਵਿੱਚ ਹੀ ਇਹ ਫੰਕਸ਼ਨ ਸਾਰੇ ਹੈਗੇ। ਫਿਰ ਤਾਂ ਕੈਮਰਾ ਹੀ ਬਣ ਗਿਆ ਇਹਦੇ ਨਾਲ, ਬਸ ਫੋਨ ਜਿਹੜਾ ਵੱਡਾ ਡਿਜੀਟਲ ਕੈਮਰਾ ਵੱਡੇ ਬਣ। ਇਹ ਆਨ ਆਫ ਕਰੋਗੇ ਇੱਥੇ ਕੈਮਰਾ ਸਵਿਚ ਬਣਿਆ ਹੋਇਆ। ਠੀਕ ਹੈ ਜੀ, ਲਿਖਿਆ ਇੰਡੀਕੇਸ਼ਨ ਬਣੀ ਹੋਈ ਹੈ ਕੈਮਰਾ। ਅੱਛਾ, ਵੀਡੀਓ ਵੀਡੀਓ ਸਟਾਰਟ ਤੇ ਵੀਡੀਓ ਡੈਲੀਵਰ ਛਪਿਆ ਹੋਇਆ। ਠੀਕ ਹੈ ਜੀ, ਵੀਡੀਓ ਸਟਾਰਟ ਤੇ ਵੀਡੀਓ ਸਟਾਪ ਵੀ ਉਦੋਂ ਹੀ ਹੋ ਜੂਗੀ। ਹਾਂਜੀ ਠੀਕ ਹੈ ਜੀ। ਓਕੇ ਜੀ, ਮੈਂ ਉਮੀਦ ਕਰਦਾ ਤੁਹਾਨੂੰ ਇਹ ਚੀਜ਼ਾਂ ਸਮਝ ਆ ਗਈਆਂ ਹੋਣੀਆਂ ਭਰਾ, ਅਤੇ ਬਾਕੀ ਹੋਰ ਆਪਾਂ ਨੂੰ। ਚਲੋ ਇਹ ਚੀਜ਼ ਮੈਨੂੰ ਬੜੀ ਪਸੰਦ ਆਈ। ਅਤੇ ਇੱਕ ਅਤੇ ਮੈਂ ਹੁਣ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਵੀ ਇਹਨਾਂ ਇਹ ਚੀਜ਼ ਜਿਹੜੀ ਆ ਗਿੰਬਲ ਆਪਾਂ ਦੇਖ ਰਹੇ ਹਾਂ ਇਹਦਾ ਸੇਲ ਪ੍ਰਾਈਜ਼ ਕੀ ਹੈ ਜੀ? ਤੁਹਾਡਾ ਕੀ ਰੇਟ ਹੈ ਜੀ? ਇਹ 5,300 ਰੁਪਏ ਦਾ ਜੀ ਸੇਲ ਪ੍ਰਾਈਜ਼ ਸਾਡਾ। ਅੱਛਾ ਜੀ, 5,300 ਰੁਪਏ 'ਚ ਤੁਸੀਂ ਸੰਗਰੂਰ ਤੋਂ ਸੰਜੇ ਫੋਟੋਜ਼ ਤੋਂ ਮੰਡੀ ਵਾਲੀ ਗਲੀ ਸੰਗਰੂਰ, ਪੁਰਾਣੀ ਮੰਡੀ ਗਲੀ, ਪੁਰਾਣੀ ਮੰਡੀ ਗਲੀ ਜਿਹੜੀ ਆਪਾਂ ਸੰਗਰੂਰ ਦੀ ਮੰਡੀ ਗਲੀ ਮਸ਼ਹੂਰ ਹੈਗੀ, ਅਤੇ ਇੱਥੇ ਸੰਜੇ ਫੋਟੋਜ਼ ਨੇਗੇ ਇਹਨਾਂ ਦੀ ਸ਼ੋਪ ਹੈਗੀ, ਅਤੇ ਇਹਨਾਂ ਕੋਲ ਬਾਹਰ ਆ ਸਟੈਂਡ ਜੇ ਪਏ ਹੋਣੇ, ਦੇਖੋ ਸਟੈਂਡ ਬਾਹਰ ਇਹਨਾਂ ਦੀ ਸ਼ੋਪ ਦੇ ਬਾਹਰ ਦਾ ਏਰੀਆ ਹੈਗਾ, ਮੈਂ ਬਾਹਰੋਂ ਵੀ ਇੱਕ ਸ਼ੋਰ ਐਡ ਕਰ ਦੂੰਗਾ ਇੱਕ ਚੀਜ਼, ਅਤੇ ਇੱਥੋਂ ਤੁਸੀਂ ਇਹ ਲੈ ਸਕਦੇ ਹੋਗੇ। ਇਹ ਚੀਜ਼ ਵੀ ਆਪਣੇ ਜਿਹੜੇ ਯੂਟਿਊਬ ਕਰਦੇ ਨੇ ਉਹ ਜਾਂ ਕਰਨਾ ਚਾਹੁੰਦੇ ਨੇ ਜਿਹੜੇ ਭਰਾ, ਸ਼ੋਰਟ ਮੂਵੀਜ਼, ਹਾਂਜੀ ਬਲੋਗਿੰਗ, ਬਲੋਗਿੰਗ ਵਾਲੇ, ਸ਼ੋਰਟ ਮੂਵੀਜ਼ ਵਾਲੇ, ਜਾਂ ਜਿਹੜੇ ਫੇਸਬੁੱਕ 'ਤੇ ਵੀਡੀਓ ਪਾਉਂਦੇ ਨੇ, ਇੰਸਟਾਗ੍ਰਾਮ 'ਤੇ ਵੀ ਪਾਉਂਦੇ ਨੇਗੇ, ਉਹ 'ਚ ਉਹਨਾਂ ਲਈ ਇਹ ਚੀਜ਼ ਬਹੁਤ ਵਧੀਆ ਹੈਗੀ, ਅਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਉਰੇ ਪੁਰਾਣੀ ਮੰਡੀ ਗਲੀ ਦੇ ਵਿੱਚੋਂ।
ਤੇ ਮੇਰੇ ਤੋਂ ਇੰਸਟਾਗ੍ਰਾਮ ਤੇ ਮੈਨੂੰ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਏਗਾ, ਜੇ ਕਿਸੇ ਨੇ ਖਰੀਦਣੀ ਹੋਵੇ ਕੋਈ ਸੀਰੀਜ਼ ਹੋਵੇ ਇਸ ਚੀਜ਼ ਲਈ, ਤਾਂ ਮੇਰੇ ਤੋਂ ਇਹਨਾਂ ਦਾ ਮੋਬਾਈਲ ਨੰਬਰ ਪਰਸਨਲੀ ਮੈਨੂੰ ਮੈਸੇਜ ਕਰਕੇ ਵੀ ਲੈ ਸਕਦੇ ਨੇ। ਠੀਕ ਹੈ ਜੀ, ਇਹ ਗਿੰਬਲ ਆਪਣੀ ਫਾਈਨਲ ਹੋ ਗਈ ਜੀ। ਓਕੇ ਸਰ, ਇਹਨੂੰ ਕਰ ਦਿਓ ਪੈਕ ਸਾਈਡ ਤੇ। ਤੇ ਹੁਣ ਇੱਕ ਜਿਹੜੀ ਉਹ ਲਾਈਟ ਦੇਖੀ ਸੀਗੀ, ਇਹ ਲਾਈਟ ਕਿੰਨੇ ਦੀ ਹੈ ਜੀ ਤੁਹਾਡੀ? ਇਹ ਲਾਈਟ ਪਊਗੀ ਤੁਹਾਨੂੰ ਜੀ 2500 ਰੁਪਏ ਵਿਦ ਬੈਟਰੀ ਐਂਡ ਚਾਰਜਰ। ਠੀਕ ਹੈ, 2500 ਰੁਪਏ ਦੀ ਇਹ ਲਾਈਟ ਪੈਣੀ ਹੈ ਵਿਦ ਬੈਟਰੀ ਤੇ ਵਿਦ ਚਾਰਜਰ। ਤੇ ਜਿਹੜਾ ਉਹਦਾ ਸਟੈਂਡ ਹੈ ਜੀ ਲਾਈਟ ਦਾ, 600 ਦਾ ਸਟੈਂਡ ਹੈ ਜੀ, ਬਾਕੀ ਉਹਦੇ ਵਿੱਚ ਜਿਹੜਾ 250 ਰੁਪਏ ਦਾ ਕਲੰਪ ਅਲੱਗ ਹੈਗਾ। ਤੇ ਮੇਰੇ ਕੰਮ ਦਾ ਕੁਛ ਹੋਰ ਜੀ, ਇੱਕ ਆ ਬੋਇਆ, ਬੋਇਆ ਦਾ ਮਾਈਕ ਜ਼ਰੂਰ ਦੱਸਿਓ। ਬੋਇਆ ਦਾ ਮਾਈਕ ਹੈ? ਹਾਂਜੀ ਹਾਂਜੀ, ਇਹ ਸਿੰਗਲ ਮਾਈਕ। ਤੇ ਹੁਣ ਮੈਂ ਮਾਈਕ ਬਾਰੇ ਦੱਸ ਦਿਆਂਗਾ, ਇਹ ਮਾਈਕ ਨਾਲ ਕੁਆਲਿਟੀ ਬਹੁਤ ਜ਼ਿਆਦਾ ਵੱਜਣ ਦੀ, ਪਰ ਮੈਨੂੰ ਇਹ ਨਾ ਇਹ ਤਾਰਾਂ ਵਾਲੇ ਮਾਈਕ ਕੈਰੀ ਕਰਨੇ ਬੜੇ ਔਖੇ ਲੱਗਦੇ। ਮੈਂ ਪਹਿਲਾਂ ਹੀ ਵੀ ਭੱਜ ਦੌੜ ਜੀ 'ਚ ਰਹਿੰਦਾ ਗਾ, ਅਤੇ ਮੈਨੂੰ ਫਿਰ ਇਹ ਤਾਰ 'ਚ ਹੀ ਉਲਝ ਜਾਂਦਾ ਮੈਂ ਤਾਂ ਜੀ, ਤਾਂ ਕਰਕੇ ਮੇਰੇ ਕੋਲ ਇੱਕ ਪਹਿਲਾਂ ਖਰੀਦਿਆ ਹੋਇਆ, ਮੈਂ ਉਲਝਦਾ ਬਹੁਤ ਹੈ। ਅਤੇ ਇਹ ਮੇਰੇ ਕੋਲ ਇੱਕ ਇਕਨੋਮਿਕਲੀ ਬੈਸਟ ਹੈ ਜੀ, ਯਾਰਡਸ ਬਹੁਤ ਅੱਛੇ ਹੈ ਜੀ। ਹਾਂ, ਇੱਕ ਤਾਂ ਜ਼ਰੂਰੀ ਨਹੀਂ ਹੈ ਕੋਰਡਲੈਸ, ਹਰ ਇੱਕ ਨੇ ਲੈਣਾ। ਹਾਂਜੀ ਹਾਂਜੀ ਹਾਂਜੀ, ਜ਼ਰੂਰਤ ਦੇ ਮੁਤਾਬਿਕ ਗੱਲ ਖਰੀਦ। ਜਿਹੜੇ ਭਰਾ ਜੀ ਯੂਟਿਊਬ ਸ਼ੁਰੂ ਕਰਨਾ ਚਾਹੁੰਦੇ ਨੇ, ਉਹ ਆਪਣੀ ਵੀ ਫੋਨ ਦੇ ਉੱਤੇ ਆਵਾਜ਼ ਦੀ ਕੁਆਲਿਟੀ ਵਧਾਉਣਾ ਚਾਹੁੰਦੇ ਨੇ, ਤਾਂ ਉਹ ਆ ਬੈਸਟ ਕੰਪਨੀ ਹੈ। 20 ਫੁੱਟ ਵਾਇਰ ਹੈ ਇਸਦੀ ਲੰਬੀ, 20 ਫੁੱਟ। ਹਾਂਜੀ, ਵੀ ਤੁਸੀਂ ਕਿਤੇ ਫੋਨ ਦੂਰ ਰੱਖ ਕੇ ਵੀ ਜਾਂ ਕਿਸੇ ਦੇ ਮਾਈਕ ਲਾ ਕੇ ਉਹਦੇ ਨਾਲ ਗੱਲਬਾਤ ਕਰ ਇੰਟਰਵਿਊ ਕਰ ਸਕਦੇ ਹੋਗੇ, ਜਾਂ ਵੀ ਤੁਹਾਡੀ ਆਵਾਜ਼ ਪੂਰੀ ਕਲੀਅਰ ਆਉਣੀ ਹੈ। ਮੇਰੀ ਤਾਂ ਪਹਿਲੀ ਆਵਾਜ਼ ਅਮਰੀਸ਼ਪੁਰੀ ਵਾਲੀ ਹੈ, ਤਾਂ ਕਰਕੇ ਥੋੜ੍ਹਾ ਜਿਹਾ ਸੱਠ ਵੀ ਮੈਨੂੰ ਜ਼ਿਆਦਾ ਲੋੜ ਨਹੀਂ ਪੈਂਦੀ, ਮੇਰੀ ਵੀਡੀਓਜ਼ 'ਚ ਮੇਰੀ ਆਵਾਜ਼ ਦੀ ਕਦੇ ਲੋੜ ਨਹੀਂ ਆਈ ਹੈਗੀ, ਤਾਂ ਕਰਕੇ ਉਹਦੇ ਕਰਕੇ ਚਲੋ ਮੇਰੇ ਮੈਨੂੰ ਜ਼ਿਆਦਾ ਲੋੜ ਨਹੀਂ ਪੈ ਰਹੀ। ਪਰ ਜਿਹੜੇ ਭਰਾਵਾਂ ਦੀ ਆਵਾਜ਼ ਸਲੋ ਹੈ, ਉਹ ਨੇੜੇ ਤੋਂ ਵੀਡੀਓ ਬਣਾ ਵਧੀਆ ਕੁਆਲਿਟੀ ਦੇਣਾ ਚਾਹੁੰਦੇ ਨੇਗੇ, ਤਾਂ ਉਹਨਾਂ ਲਈ ਇਹ ਬੈਸਟ ਚੀਜ਼ ਹੈਗੀ। ਮੇਰੇ ਕੋਲ ਹੈਗਾ ਇਹ, ਮੈਂ ਨਹੀਂ ਲਿਆਉਂਗਾ ਬਸ, ਪਰ ਇਹ ਦੋ ਬੰਦਿਆਂ ਨਾਲ ਜਿਵੇਂ ਗੱਲ ਕਰ ਰਹੇ ਹਾਂ ਆਪਾਂ ਇਕੱਠੇ, ਜਿਵੇਂ ਮੇਰੇ ਲਾਤਾ ਅਤੇ ਫੋਰਮੈਨ ਸਾਹਿਬ ਦੇ ਲਾਤਾ ਇੱਕ, ਜਾਂ ਇਹ ਦੋਨਾਂ ਜਣੇ ਦੇ ਮਾਈਕ ਇਹ ਫਿੱਟ ਕਰਕੇ ਉਸ ਤੋਂ ਬਾਅਦ ਅਸੀਂ ਵੀਡੀਓ ਬਣਾਈਏ, ਤਾਂ ਇਹ ਬਹੁਤ ਵਧੀਆ ਕੁਆਲਿਟੀ ਇਹ ਆਵਾਜ਼ ਦੀ ਆਉਣੀ ਹੈਗੀ। ਅਤੇ ਮੈਂ ਪਤਾ ਕਿਉਂ ਨਹੀਂ ਯੂਜ਼ ਕਰਦਾ, ਮੈਂ ਆਪਣੇ ਘਰ ਹੀ ਕਰਦਾ ਇੱਕ ਮਿੰਟ। ਅਤੇ ਮੇਰੇ ਨਾਲ ਪਤਾ ਕੀ ਬਣੀ, ਮੈਂ ਇਹ ਮਾਈਕ ਮੇਰੇ ਕੋਲ ਪਹਿਲਾਂ ਹੈਗਾ ਇੱਕ, ਅਤੇ ਮੈਂ ਇਹਦੇ ਵਿੱਚ ਨਾ ਔਨ ਔਫ ਦਾ ਬਟਨ ਹੁੰਦਾ ਇੱਕ, ਜਾਂ ਵੀ ਆਪਣੇ ਕੈਮਰੇ ਨਾਲ ਕਰਨਾ ਅਟੈਚ ਕੀਤਾ ਹੋਇਆ ਜਾਂ ਫੋਨ ਨਾਲ ਅਟੈਚ ਕੀਤਾ ਹੋਇਆ, ਉਹ ਬਟਨ ਹੁੰਦਾ ਹੈਗਾ। ਅਤੇ ਉਹ ਬਟਨ ਮੈਂ ਔਨ ਕਰਨਾ ਭੁੱਲ ਗਿਆ, ਅਤੇ ਮੈਂ 15 ਮਿੰਟ ਦੀ ਵੀਡੀਓ ਬਣਾ ਤੀ, ਅਤੇ 15 ਮਿੰਟ ਦੀ ਵੀਡੀਓ ਬਣਾਉਣ ਤੋਂ ਬਾਅਦ ਜਦੋਂ ਦੇਖਿਆ ਵੀਡੀਓ 'ਚ ਆਵਾਜ਼ ਹੀ ਨਹੀਂ ਆਈ ਹੈਗੀ, ਉਹਦੇ ਕਰਕੇ ਮੇਰਾ 3-4 ਵਾਰ ਮੇਰੇ ਨਾਲ ਹੋ ਗਿਆ। ਸਮਾਰਟਫੋਨ ਤੇ ਕਰਨਾ ਜ਼ਰੂਰੀ ਹੈ, ਇਸ ਕਰਕੇ ਮੈਂ ਇਹਨੂੰ ਘੱਟ ਯੂਜ਼ ਕਰਦਾ। ਵੈਸੇ ਹੈਗੀ ਬਹੁਤ ਕੰਮ ਦੀ ਚੀਜ਼ ਹੈ, ਜੇ ਧਿਆਨ ਨਾਲ ਆਪਾਂ ਕੋਈ ਵੀਡੀਓ ਬਣਾਉਂਦੇ ਹਾਂ। ਦੱਸ ਦੂੰਗਾ ਉਸਨੂੰ। ਮੈਨੂੰ ਹੁਣ ਨਾ ਇਹਦਾ ਜਿਹੜੇ ਇਹਨਾਂ ਦੇ ਮਾਈਕ ਦੇ ਰੇਟ ਵੀ ਜ਼ਰੂਰ ਦੱਸ ਦਿਓ ਤੁਸੀਂ, ਜੇ ਕੋਈ ਨਵਾਂ ਯੂਟਿਊਬ ਸ਼ੁਰੂ ਕਰ ਰਿਹਾ ਆਪਣਾ ਭਰਾ, ਕੋਈ ਆਪਾਂ ਨੂੰ ਦੇਖਦਾ ਹੈਗਾ ਜਾਂ ਸੰਗਰੂਰ ਦੇ ਨੇੜੇ ਤੇੜੇ ਤੁਹਾਡੇ ਕੋਲ ਆ ਕੇ ਕੋਈ ਲੈਂਦਾ, ਤਾਂ ਉਹਨਾਂ ਨੂੰ ਕਿੰਨੇ ਦੇ ਇਹ ਚੀਜ਼? ਸਿੰਗਲ ਪਰਸਨ ਲਈ ਹੈ ਜਿਹੜਾ। ਹਾਂਜੀ, ਸਿੰਗਲ ਉਹ 900 ਰੁਪਏ ਦਾ ਜੀ, 900 ਰੁਪਏ ਵਾਲਾ 1800 ਰੁਪਏ ਦਾ ਜੀ। ਠੀਕ ਹੈ ਜੀ, ਇਹ ਸਿੰਗਲ ਵਾਲਾ ਜੇ ਤੁਸੀਂ ਲਓਗੇ ਤਾਂ ਤੁਹਾਨੂੰ 900 ਰੁਪਏ ਦਾ ਪੈਣਾ ਹੈਗਾ, ਤੇ ਡਬਲ ਵਾਲਾ 1800 ਰੁਪਏ ਦਾ ਪੈਣਾ ਹੈਗਾ। ਤੇ ਤੁਸੀਂ ਇਹ ਦੋ ਕੋਲਰ ਮਾਈਕ ਨੇ? ਹਾਂ, ਦੋ ਮਾਈਕ ਨੇ, ਦੋ ਬੰਦਿਆਂ ਨੇ ਲਾ ਸਕਦੇ ਹੋਗੇ, ਗੱਲਬਾਤ ਵਧੀਆ ਕਲੀਅਰ ਹੋਊਗੀ, ਸਾਰਾ ਕੁਝ ਹੋਊਗਾ। ਤੇ ਇੱਕ ਦੋ ਚੀਜ਼ਾਂ ਆਪਣੀ, ਇਹ ਕੋਰਡਲੈਸ ਹੈ। ਠੀਕ ਹੈ ਜੀ, ਇਹ 6000 ਦਾ ਪਊਗਾ ਜੀ। ਇਹ 6000 ਦਾ, ਇਹ ਵਾਇਰਲੈਸ ਆ ਗਿਆ? ਹਾਂਜੀ, ਸਿੰਗਲ ਪਰਸਨ, ਸਿੰਗਲ ਪਰਸਨ ਲਈ ਵਾਇਰਲੈਸ ਮਾਈਕ ਹੈਗਾ। ਠੀਕ ਹੈ ਜੀ, ਠੀਕ ਹੈ, ਇਹ ਵੀ ਸੋਹਣੀ ਚੀਜ਼ ਹੈ ਜੀ। ਤੇ ਇਹਦੇ ਵਿੱਚ ਮੈਨੂੰ ਡਬਲ ਵਾਲਾ ਤੁਸੀਂ ਮੰਗਵਾ ਕੇ ਦੇ ਦਿਓ। ਬਿਲਕੁਲ, ਹਾਂਜੀ ਹਾਂਜੀ, ਇਹਦੇ ਵਿੱਚ ਡਬਲ ਵਾਲਾ ਆਪਾਂ ਨੂੰ ਵੀ ਆਪਾਂ ਵਧੀਆ ਆਵਾਜ਼ ਦੀ ਕੁਆਲਿਟੀ ਵੀ ਵਧੀਆ ਹੋ ਜੇ, ਤੇ ਉਂਝ ਵੀ ਵਧੀਆ ਹੋ ਜੇ ਗੱਲਬਾਤ। ਠੀਕ ਹੈ, ਉਹ ਜਿਹੜੇ ਹੁਣ ਭਰਾ ਆਪਣੇ ਡਿਜੀਟਲ ਕੈਮਰੇ ਯੂਜ਼ ਕਰਦੇ ਨੇ, ਵੱਡੇ ਕੈਮਰੇ ਕੋਈ ਯੂਜ਼ ਕਰਦੇ, ਉਹਨਾਂ 'ਤੇ ਲੱਗਣ ਲਈ ਆ ਮਾਈਕ ਨੇਗੇ, ਰੋਡ ਕੰਪਨੀ ਦਾ ਇਹਨਾਂ ਕੋਲ ਮਾਈਕ ਹੈਗਾ ਇਹ। ਅਤੇ ਇੱਦਾਂ ਦੇ ਤੁਸੀਂ ਸਭ ਕੁਛ ਸਮਾਨ ਆਪਾਂ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋਗੇ। ਅਤੇ ਇਹ ਇਹ ਮਾਈਕ ਕਿੰਨੇ ਦਾ ਜੀ? ਦੇਖਿਓ ਇਹ ਵਾਲਾ ਜਿਹੜਾ ਤੁਹਾਨੂੰ ਦਿਖਾ ਰਿਹਾ ਰੋਡ ਦਾ, ਇਹ 5000 ਦਾ ਜੀ। ਠੀਕ ਹੈ ਜੀ, ਔਰ ਇਹ ਬੋਇਆ ਦਾ ਜਿਹੜਾ ਹੈਗਾ ਆਹ ਵਾਲਾ, ਹਾਂਜੀ ਇਹ 1300 ਦਾ ਜੀ। ਇਹ 1300 ਰੁਪਏ ਦਾ, ਇਹ ਇਹਦੇ ਵਿੱਚ ਤੇ ਇਹਦੇ ਵਿੱਚ ਵਾਇਰ ਦਾ, ਵਾਇਰਲੈਸ ਹੈ, ਇਹਦਾ ਬਹੁਤ ਅੰਤਰ ਹੈ। ਅੱਛਾ ਜੀ, ਕੁਆਲਿਟੀ ਦਾ ਅੰਤਰ ਹੁੰਦਾ ਹੈਗਾ। ਇਹ ਮੇਨ ਮਾਈਕ ਜਦੋਂ ਆਪਾਂ ਕੋਈ ਯੂਜ਼ ਕਰਦੇ ਹਾਂ ਤਾਂ ਉਹ ਮਾਈਕ ਵੀ ਕੀ ਫਰਕ ਪਾਉਂਦੇ ਨੇਗੇ? ਕੁਆਲਿਟੀ ਸਾਊਂਡ ਦੀ ਬਹੁਤ ਅੱਛੀ ਹੋ ਜਾਂਦੀ ਹੈ। ਅੱਛਾ ਜੀ, ਰੋਡ ਦਾ ਕੁਝ ਬੰਦਿਆਂ ਨੂੰ ਪਤਾ ਹੈ ਵੀ ਕੁਆਲਿਟੀ ਕਿੰਨੀ ਵਧੀਆ ਬਣਾਉਂਦੇ ਨੇ। ਨੋਟ ਬੈਡ, ਮਤਲਬ ਬੋਇਆ ਦਾ ਵੀ ਮਾੜਾ ਨਹੀਂ ਹੈ, ਇਹ ਵੀ ਗੁੱਡ ਹੈ। ਓਕੇ, ਤੁਸੀਂ ਜਿਹੜੇ ਬੰਦੇ ਇਹ ਲੈ ਲੈਣਗੇ ਇਹ ਵੀ ਕੋਈ ਐਡਾ ਮਾੜਾ ਨਹੀਂ ਹੈ, ਇਹਨੇ ਬਹੁਤ ਜ਼ਿਆਦਾ ਪਰਫਾਰਮੈਂਸ ਲੈਣੀ ਹੈ ਉਹ ਰੋਡ ਦਾ ਲੈ ਸਕਦੇ। ਠੀਕ ਹੈ ਜੀ, ਅਤੇ ਇਹ ਜਿਹੜੇ ਮੇਨ ਮਾਈਕ ਦਾ ਇਹ ਹੈ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਜੇ ਆਪਾਂ ਨੂੰ ਸਾਈਡ 'ਤੇ ਕੋਈ ਆਵਾਜ਼ਾਂ ਆ ਰਹੀਆਂ ਨੇਗੀਆਂ, ਉਹ ਆਵਾਜ਼ਾਂ ਮਾਈਕ ਦੇ ਵਿੱਚ ਨਹੀਂ ਆਉਣਗੀਆਂ। ਹਾਂਜੀ, ਇਹੀ ਮਾਈਕ ਦਾ ਮੇਨ ਵੀ ਆਪਣੀ ਕੁਆਲਿਟੀ, ਸਾਊਂਡ ਕੁਆਲਿਟੀ ਸੁਧਰ, ਕੁਆਲਿਟੀ ਬਣਾਉਂਦਾ, ਉਹ ਆਵਾਜ਼ ਆ ਸਕਦੀ ਹੈ ਬਟ ਸਾਊਂਡ ਕੁਆਲਿਟੀ ਬਣਾਉਂਦਾ ਹੈ। ਜਿਵੇਂ ਉਹ ਆਪਾਂ ਡੀਜੇ ਦੇ ਮੂਹਰੇ ਖੜਦੇ ਆ, ਹਾਂਜੀ, ਉਹਦੀ ਆਵਾਜ਼ ਪਾਟਦੀ ਹੈ ਜਿਵੇਂ। ਹਾਂਜੀ 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 ਹਾਂਜੀ, ਤਾਂ ਇਹਦੇ ਵਿੱਚ ਜਦੋਂ ਤੁਸੀਂ ਬਾਅਦ ਦੀ ਵੀਡੀਓ ਦੇਖੋਗੇ ਉਹ ਟੈਂਸ਼ਨ ਦੀ ਆਵਾਜ਼ ਜਾਂ ਗੁੰਜਣ ਦੀ ਆਵਾਜ਼ ਨਹੀਂ ਆਊਗੀ। ਠੀਕ ਹੈ ਜੀ, ਠੀਕ, ਕਲੀਅਰ ਵੋਇਸ ਆਊਗੀ। ਓਕੇ।
एक एक गोरिल्ला स्टैंड है जी जी ਤੇ ਇਸ ਨੂੰ ਜੀਓਗ੍ਰਾਫਿਕ ਤਰੀਕੇ ਨਾਲ ਵੀ ਵਰਤ ਲੈਂਦੇ ਆ ਲੋਕ ਹਾਂਜੀ ਹਾਂਜੀ ਇਸ ਤਰ੍ਹਾਂ ਫੋਲਡ ਮੋਲਡ ਕਰ ਦੋ ਸਕਦੇ ਹੋ ਇਸ ਨੂੰ ਤੁਸੀਂ ਇੱਕ ਫਲੈਕਸੀਬਲ ਸਟੈਂਡ ਵੀ ਹੈ ਸਾਡੇ ਕੋਲ ਤੇ ਜਿਹੜਾ ਹਾਂਜੀ ਹਾਂਜੀ ਤੇ ਆਹ ਵਾਲਾ ਫਲੈਕਸੀਬਲ ਸਟੈਂਡ ਵੀ ਹੈ ਇਸ ਨੂੰ ਵੀ ਜਿਸ ਤਰ੍ਹਾਂ ਮਰਜ਼ੀ ਤੁਸੀਂ ਮੋਲਡ ਕਰ ਸਕਦੇ ਹੋ ਮੈਂ ਖੁੱਲਾ ਦਿਖਾਉਣਾ ਤੁਹਾਨੂੰ ਠੀਕ ਹੈ ਜੀ ਤੇ ਇਹ ਇਹ ਜਿਹੜੇ ਸਟੈਂਡ ਨੇਗੇ ਇਹ ਵੀ ਆ ਵੀ ਕੱਢੋ ਹਾਂਜੀ ਹਾਂਜੀ ਦੇਖੋ ਇਸ ਨੂੰ ਤੁਸੀਂ ਇਸ ਤਰੀਕੇ ਨਾਲ ਰੱਖ ਕੇ ਫੋਲਡ ਕਰ ਸਕਦੇ ਹੋ ਜ਼ਰੂਰਤ ਮੁਤਾਬਿਕ ਫੋਲਡ ਕਰ ਲਓ ਜੋ ਮਰਜ਼ੀ ਹਾਂਜੀ ਹਾਂਜੀ ਇਹ ਸਟੈਂਡ ਕਿੰਨੇ ਦਾ ਜਿਹੜਾ ਇਹ ਗੋਰੀ ਇਹ ਦੂਸਰਾ ਹੈਗਾ ਇਹ 400 ਰੁਪਏ ਦਾ ਜੀ ਇਹ 400 ਰੁਪਏ ਦਾ ਸਟੈਂਡ ਹੈ ਇਹ ਸਾਡੇ 550 550 ਰੁਪਏ ਦਾ ਸਟੈਂਡ ਹੈ ਤੇ ਕੋਈ ਭਰਾ ਜਿਵੇਂ ਵੀ ਇਹਦੇ ਨਾਲ ਵੀ ਤੁਸੀਂ ਆਪਣੀ ਸ਼ੁਰੂਆਤ ਕਰ ਸਕਦੇ ਹੋ ਜਿਹੜੇ YouTube ਕਰਨਾ ਚਾਹੁੰਦੇ ਨੇ ਭਾਈ ਹੈਡ ਲੱਗਿਆ ਹੋਇਆ ਇਸ ਨੂੰ ਤੁਸੀਂ ਅਪ ਡਾਊਨ ਵੀ ਕਰ ਸਕਦੇ ਹੋ ਓਹ ਠੀਕ ਹੈ ਜੀ ਠੀਕ ਹੈ ਹਾਂਜੀ ਇਹ ਸੋਹਣਾ ਹੈਗਾ ਹਾਂਜੀ ਠੀਕ ਹੈ ਤੇ ਇੱਕ ਨਾ ਮੈਂ ਉਹ ਦੇਖੇ ਸੀ ਲੈਂਸ ਜਿਹੜੇ ਹੁੰਦੇ ਨੇ चलो यूज करना चाहते हैं बड़े सस्ती रेंज ने यूज कर सकता है ਇਹ 200 ਰੁਪਏ ਦਾ ਜੀ ਇਹ ਜੀ ਤਿੰਨ ਚਾਰ ਲੈਂਜ ਨੇ ਜੀ ਠੀਕ ਹੈ ਇਹ ਸਿੰਗਲ ਲੈਂਜ ਹੈ ਇਹ ਹੈਗਾ 500 ਰੁਪਏ ਦਾ ਠੀਕ ਹੈ ਜੀ ਇਹ ਇੱਕ ਕੋਈ ਹੈਗਾ ਇਹਦਾ ਖੁੱਲਾ ਵੀ ਬਿਲਕੁਲ ਮੈਂ ਖੁੱਲ ਕੇ ਇਹਨੂੰ ਚੈੱਕ ਕਰ ਲੈਣਾ ਆਪਾਂ ਵੀ ਇਹ ਜਿਹੜਾ ਕੀ ਚੀਜ਼ ਹੈ ਇਹ ਤੇ ਕਿਵੇਂ ਫੋਨ ਦੇ ਉੱਤੇ ਲਾ ਕੇ ਅੱਛਾ ਦੂਰਬੀਨ ਵਾਲੇ ਕੰਮ ਹੋ ਗਿਆ ਇਹਨੂੰ ਆਪਾਂ ਇੱਦਾਂ ਹੀ ਲਾ ਕੇ ਦੇਖ ਸਕਦੇ ਹਾਂ ਇਹਦੇ ਵਿੱਚ ਹੁਣ ਵੀਡੀਓ ਚੱਲ ਹੀ ਰਹੀ ਹੈਗੀ ਤੇ ਆਹ ਪਿੱਛੇ ਇਹ ਚੀਜ਼ ਲੱਗ ਜਾਣੀ ਹੈ ਫੋਨ ਦੇ ਉੱਤੇ ਕੈਮਰਾ ਕਿੱਥੇ ਆਪਣਾ ਹੋਲਡ ਕਰਨ ਲਈ काफी दूर तो जूम हो जाएगा ਤੇ ਆ ਮੈਂ ਹੁਣ ਇਹਨੂੰ ਉਤਾਰੂੰਗਾ ਸਬਜੈਕਟ 12 ਗੁਣਾ ਕਲੋਜ਼ ਹੋ ਜਾਂਦਾ 12 ਗੁਣਾ ਕਲੋਜ਼ ਹੋ ਜਾਂਦਾ ਇਹਦੀ ਥੋੜੀ ਐਡਜਸਟਮੈਂਟ ਵੀ ਹੋ ਸਕਦੀ ਹੈ ਮੈਂ ਹੁਣ ਇਹਨੂੰ ਉਤਾਰੂੰਗਾ ਦੇਖੋ ਤੇ ਇਹ ਦੁਬਾਰੇ ਫੋਕਸਿੰਗ ਨਹੀਂ ਹੋਣੀ ਮੇਰੇ ਤੋਂ ਤੇ ਇਹ ਚੀਜ਼ ਹੈ ਜੀ ਇਹ ਮੈਂ ਮੋਟਾ ਮੋਟਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜੇ ਕਿਸੇ ਨੂੰ ਪਸੰਦ ਹੋਵੇ ਇਹ ਵੀ ਤੁਸੀਂ ਉਹ 500 ਰੁਪਏ ਦਾ ਤੇ ਆ 200 ਰੁਪਏ ਦਾ ਖਰੀਦ ਸਕਦੇ ਹੋਗੇ ਉਹਨਾਂ ਤੋਂ ਜਿਹੜੇ ਭਰਾ ਫੋਟੋਗ੍ਰਾਫਰਾਂ ਦੀ ਸ਼ੌਪ ਹੈ ਕਿਸੇ ਦੀ ਜਾਂ ਫੋਟੋਗ੍ਰਾਫਰੀ ਕਰਦੇ ਨੇਗੇ ਉਹਨਾਂ ਲਈ ਵੀ ਉਰੇ ਸਾਰਾ ਸਮਾਨ ਹੁਣ ਮੈਨੂੰ ਵੀ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਦੇਖ ਹੀ ਲੈਣਾ ਵੀ ਉਹਨਾਂ ਉਰੇ ਕੀ ਸਮਾਨ ਉਹਨਾਂ ਦੇ ਕੰਮ ਦਾ ਉਰੋਂ ਮਿਲ ਸਕਦਾ ਹੈਗਾ ਅਤੇ ਆਹ ਸਾਰਾ ਦੇਖਿਓ ਤੁਸੀਂ ਉਰੇ ਜੋ ਵੀ ਉਹਨਾਂ ਦੇ ਫੋਟੋਗ੍ਰਾਫਰਾਂ ਦੇ ਆਪਣੇ ਭਰਾਵਾਂ ਦੇ ਜਾਂ ਕੋਈ ਪੱਤਰਕਾਰ ਨੇਗੇ ਜਾਂ ਕੋਈ ਕੋਈ ਵੀ ਪ੍ਰੋਫੈਸ਼ਨਲ ਨੇ ਜਿਹੜੇ ਅਸੀਂ ਤਾਂ ਐਂ ਮਾਰੀ ਜਾਂਦੇ ਮੱਥਾ ਜਿਹੜੇ ਪ੍ਰੋਫੈਸ਼ਨਲ ਨੇ ਭਾਈ ਅਤੇ ਉਹਨਾਂ ਨੂੰ ਬਾਈ ਉਹਨਾਂ ਲਈ ਸਾਰਾ ਕੁਝ ਉਰੋਂ ਇਹਨਾਂ ਨੂੰ ਮਿਲ ਸਕਦਾ ਹੈਗਾ ਤੁਹਾਡੇ ਉਹਨਾਂ ਤੁਸੀਂ ਖਰੀਦ ਸਕਦੇ ਹੋਗੇ ਅਤੇ ਜਿਹੜੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਨੇ ਉਹਨਾਂ ਲਈ ਮੇਨ ਮੇਨ ਜੀ ਚੀਜ਼ਾਂ ਕੀ ਪਈਆਂ ਨੇ ਜੀ ਆਪਣੇ ਕੋਲ ਟ੍ਰਾਈਪੋਡ ਲੈ ਸਕਦੇ ਹਾਂ ਸਟੈਂਡ ਲੈ ਸਕਦੇ ਹਾਂ ਰਿੰਗ ਲਾਈਟ ਲੈ ਸਕਦੇ ਹਾਂ ਐਮਰਜੈਂਸੀ ਲਾਈਟ ਹੋ ਗਈ ਬਾਕੀ ਸਾਡੇ ਲਾਈਟਸ ਹੁੰਦੀਆਂ ਵੈਡਿੰਗ ਪਰਪਜ ਲਈ AD200 ਗੋਡਕਸ ਦਾ ਸਮਾਨ ਅਤੇ ਕੈਮਰਾਸ ਥੋੜ੍ਹੇ ਬਹੁਤ ਰੱਖਦੇ ਹਾਂ ਅਸੀਂ ਬਹੁਤ ਜ਼ਿਆਦਾ ਨਹੀਂ ਰੱਖਦੇ ਅੱਛਾ ਜੀ ਕੁਛ ਪਰਸੈਂਟ ਮਿਲ ਜਾਂਦੇ ਆ ਅਦਰਵਾਈਜ਼ ਮੰਗਵਾ ਕੇ ਦੇ ਦਿੰਦੇ ਕੈਮਰਾਸ ਦਾ ਮੇਨ ਓਕੇ ਅਤੇ ਆ ਮੈਂ ਦੇਖ ਰਿਹਾ ਐਲਬਮਸ ਐਲਬਮਸ ਟੋਟਲੀ ਮਿਲ ਜਾਂਦੀਆਂ ਸਾਰੀਆਂ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਆ ਜਿਹੜੇ ਮੇਨ ਹੈ ਜਿਹੜੇ ਪੇਪਰ ਨੇਗੇ ਇਹ ਫੋਟੋ ਦੇ ਫੋਟੋ ਪੇਪਰ ਲੈ ਸਕਦੇ ਹੋ ਥੋੜਾ ਪ੍ਰਿੰਟਰ ਵੀ ਰੱਖਦੇ ਹਾਂ ਅਸੀਂ ਥੋੜੇ ਬਹੁਤ ਹਾਂਜੀ ਠੀਕ ਹੈ ਜੀ ਪ੍ਰਿੰਟਰ ਵੀ ਹੈਗੇ ਨੇਗੇ ਤੇ ਫੋਟੋ ਪੇਪਰ ਲੈ ਸਕਦੇ ਹੋ ਮੇਨ ਉਹ ਛਤਰੀ ਜੀ ਜਿਹੜੀ ਹੁੰਦੀ ਹੈਗੀ ਉਹ ਵੀ ਮੈਨੂੰ ਦਿਖਾਈ ਸੀ ਇਹਨਾਂ ਨੇ ਤੇ ਅੰਬਰੇਲਾ ਹਾਂ ਜੀ ਹਾਂ ਆਹ ਦਿਖਾ ਦਿਓ ਜੀ ਅੰਬਰੇਲਾ ਸਿੰਪੈਕਸ ਕੰਪਨੀ ਦੀ ਹੈ ਓਕੇ ਇਹ ਆਪਣੀ ਜਿਹੜੀ ਲਾਈਟ ਤੇ ਕਿਵੇਂ ਫਿੱਟ ਕੀਤੀ ਤੁਸੀਂ ਕਰਨ ਲਈ ਹੈ ਲਾਈਟ ਨੂੰ ਵਿੱਚ ਲਗਾ ਲਈ ਠੀਕ ਹੈ ਜੀ ਓਕੇ ਇਹ ਕਿੰਨੇ ਦੀ ਹੈ ਜੀ ਇਹ 200 ਰੁਪਏ 200 ਰੁਪਏ ਦੀ ਇਹ ਠੀਕ ਹੈ ਤੇ ਇਸ ਤਰੀਕੇ ਨਾਲ ਟੀ-ਸ਼ਰਟ ਸੱਚ ਹਾਂ ਟੀ-ਸ਼ਰਟਸ ਵਗੈਰਾ ਅਸੀਂ ਸੇਲ ਕਰਦੇ ਹਾਂ ਕੱਲੀ ਟੀ-ਸ਼ਰਟ ਕਰਦੇ ਆ ਪ੍ਰਿੰਟ ਕਰਦੇ ਨੇ ਜਿਹੜੇ ਅੱਛਾ ਉਹਨਾਂ ਨੂੰ ਦਿੰਨੇ ਹੋਗੇ ਹਾਂਜੀ ਜਿਹੜੇ ਟੀ-ਸ਼ਰਟ ਆ ਪ੍ਰਿੰਟ ਕਰਦੇ ਨੇ ਉਹਨਾਂ ਲਈ ਉਰੇ ਵੀ ਉਹ ਹੋਲਸੇਲ ਵਾਲਾ ਕੰਮ ਹੀ ਬਾਕੀ ਸਾਡੇ ਫੋਟੋਗ੍ਰਾਫਰ ਛਾਪਦੇ ਆ ਹਾਂਜੀ ਉਹਨਾਂ ਤੋਂ ਛਪਵਾ ਸਕਦੇ ਨੇ ਠੀਕ ਹੈ ਜੀ ਹਾਂਜੀ ਇਹ ਟੀ-ਸ਼ਰਟ ਪਈਆਂ ਨੇ ਕੋਈ ਵੀ ਇਸ ਤਰ੍ਹਾਂ ਦਾ ਮਤਲਬ ਸਮਾਨ ਹੈ ਉਹ ਲੈ ਸਕਦੇ ਨੇ ਠੀਕ ਹੈ ਜੀ ਆ ਜਿਹੜੀ ਆ ਰਿੰਗ ਲਾਈਟ ਵੀ ਹੈ ਸਟੈਂਡ ਵੀ ਹੈ ਇਹ ਹਣੇ ਹਾਂਜੀ ਇਹ ਕਲਿੱਪਰ ਹੈ ਕਿਤੇ ਵੀ ਲਗਾ ਸਕਦੇ ਤੁਸੀਂ ਓਕੇ ਇਹ ਕਿੰਨੇ ਦਾ ਜੀ 750 ਰੁਪਏ 750 ਰੁਪਏ ਦਾ ਹੈਗਾ ਹਾਂਜੀ
जी दोस्तों एक मैं हूँ स्टैंड खरीद लिया जो लाइट से लगता है, एक अपनी गिम्बल खरीद ली, एक अपनी लाइट खरीद ली, कितने एक गिम्बल का जो कलंप हैगा तो वह खरीद है। तो चार चीज़ा हो गई ना, तो हूँ मैं थोड़ा शॉप का जाने जाता शॉप का मैं एड्रैस समझा दिना, जे संगरूर जानते हैं या संगरूर के नेड़े तेड़े ने आ सकते हैं, तो मैं इंस्टाग्राम से मैसेज करके इन्हों का नंबर लै सकते हैं जिन्होंने कुछ खरीदना। ठीक है जी, ओके सर, साढ़े ना जो कोई आए ना डिस्काउंट दे देगा उन्होंने, तो मैं शॉप का एड्रैस समझा देना एक बार सारे। ओके थैंक यू बरे, थैंक यू। तो ये साड़ी मंडी गली है संगरूर की, संजय फोटोज ये उरे शॉप हैगी इन्हों की, मंडी गली संगरूर पुरानी मंडी गली कहते हैं, तो शॉप है संजय फोटोज। तो जिन्होंने भी लैनिया ने खरीदनिया ने चीज़ा तो और खरीद सकते होंगे। तो मैं हूँ चलिया घर तो आ लाइटा ला के जी चीज़ अपने खरीदी है ये सारी चीज़ा सैटअप करके पूरी वीडियो बनाने की कोशिश करा, तो फर्क दस्यो फिर भी कोई फर्क पिया। तो हाँ जी दोस्तों, तो मैं हूँ घर आ गया है, तो मैं तुम स्टेबिलिटी देख रहे होवोंगे, तो आ सारा कुछ मैं सैट करके सैट कर लिया उरे, आई लाइट लगी हुई देख सकते होंगे, तो इन मैं नीचे टकर दिखाने ये देखो, तो आ लाइट है जी, ये भी सैटिंग मैं कर दी है सारी, कितनों हो गया आ दिक्कत होनी है बस हौली हौली सीख जाएंगे, चलो लै 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 किधरों जाइ जाता है, हौली हौली कंट्रोल करना ड्राइवर बन जाएंगे ये भी आप चंगे। तो चलो यह लाइट है जी ये फिट हो चुकी हैगी, तो ये मेरे को एक स्टैंड मेरे को पहला सीगा, तो जी आ गिम्बल है मैं तुम्हें शीशे दिखा दिना ये कि मैं यूज कर रहा आगा, यू मैं सीख रहा, तो आ मेरा फोन भी दिख रहा होगा तुम्हें, तो जिन्होंने नहीं पता ये मैं 2016 च लिया सैमसंग है S7H, तो बड़ा वधिया जी ये जिन्या वीडियो अज तक बनाइया ने ये बनाइया ने, तो यदि भी तुम देख सकते हो, तो बाकी यदि सैटिंग मैं हौली हौली सीख जूँगा, तो हूँ मैं नाल तो इनू सीख जाँगे नाले ये नाल मैं वीडियो बना रहा गिम्बल नाल, तो एक दो चीज़ा तुम्हें दिखाने गा, एक तो आ फोटो CM पंजाब कैप्टन अमरिंदर सिंह जी नाल, ये मेरी ना 2018 च जी न्यूज़ का सर्वे होया सीगा कोई, तो उहदे विच भी जिहड़े जॉब के दौरान भी समाज सेवा कर रहे हैं या कोई भी है ना भी वधिया चंगे काम किए हुए हैं जिन्होंने बहुत बड़े लेवल से, तो उन्होंने सन्मानित करना सीगा, तो उहदे विच मैनू जी न्यूज़ के मंच से स्टेट अवार्ड मिलिया सीगा 2018 च मिलिया सीगा मैनू, तो उस तो बाद तुहानू चलो नाले प्रॉफिट रुपये दिखा दिंदे हां नाले वो सारा कुछ मैं दिखाने की कोशिश करते हैं। तो एक आह फोटो है ये साडे टीम हैगी यूथ पावर ग्रुप है साडा, तो एजुकेशन मिनिस्टर ने विजेंद्र सिंगला जी ये कांग्रेस जी ने भी, तो अपने घर आए जी करोना तो बाद एपरीशिएट करना भी तुम करोना के बहुत वधिया सेवा निभाई है जी, उस चीज़ को एपरीशिएट करना है अपने घर, तो आता यार गलती है जे अज के टाइम से देखा जाए तो सब तो वड्डी ऐ ला लो भी आपां नूं शर्म वाली गल हैगी, पर चलो एक लगी हुई है कि पहलों की फोटो भी आपां नूं सन्मानित करिया सीगा 2017 दे विच BJP का नेता सी अविनाश राय खन्ना, तो उन्होंने 2017 च सन्मानित करिया सीगा ये उदों दी ये फोटो हैगी, तो बाकी आ इनाम ने गे सारे छोटे भरा दे ने कुछ कुछ मेरे ने गे आ जिहड़े लगे हुए ने सारे, जे कला कला जे तुसीं कमेंट कीता तां कल्ले कल्ले बारे दस देंगे स्टोरी किहड़ा कदों मिलिया सीगा, तो ये भी सानू ये साढ़े सारे घर काफ़ी ने बाबे की कृपा नाल काफ़ी साफ साफ की सपोर्ट नाल, पहला जिहड़े भरा साडे नाल जुड़े हुए ने सर्टिफिकेट बहुत सारे इनाम बड़े बड़े मंचा ते मिले हुए नेगे, तो मैंने ऐ भी चलो हुण हुण आपां नूं ये कोई ये नहीं कह सकता भी तू भी उधरली लाइफ नाल ये सहारा लैके अपना यूट्यूब ते है ना जां एक्टिव है जां कुछ भी कर रहे ना, तो हूँ क्यों क्योंकि 80,000 हो चुके हैं यार हूँ तो किसी की बोलती बनती है सब की है ना भी इस चीज़ वास्ते हूँ आप कोई गलत नहीं कहूगा। तो मेरे फादर की फोटो है उन्होंने 2006 डैथ हो गई थी, ये मेरे फादर ने गए, तो बड़ी वधिया मैं वीडियो की फीलिंग आ रही है यार बनाने की, तो मैं कुछ फोटो होर दिखाना तुम्हें मेरे छोटे भरा दियाँ मेरे फादर दियाँ, आ देखो ये मेरे डैडी ने गे, तो आ गिनी है रो रहा गगन, तो आ मैं टोपी वाला, तो बाकी उन्होंने फोटोज ने गिया, तो आह फोटो मैं 15 अगस्त की मिली सी जी आ पिछे 15 26 जनवरी लिखा हुआ यार
ਮਿਲੀ ਤਾਂ 15 ਅਗਸਤ 'ਤੇ ਸੀਗੀ 26 ਜਨਵਰੀ 2020 ਨੂੰ ਪੁਲਿਸ ਲਾਈਨ ਸੰਗਰੂਰ ਵਿਖੇ ਵਿਕਰਮ ਜੀਤ ਸਿੰਘ ਯੂਥ ਤੋਂ ਇਸ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦੇ ਹੋਏ ਓਮ ਪ੍ਰਕਾਸ਼ ਸੋਨੀ ਕੈਬਨਿਟ ਮੰਤਰੀ ਸਰਕਾਰ ਡਿਊਟੀ ਯਾਰ 26 ਜਨਵਰੀ ਤਾਂ ਮੇਰੇ ਯਾਦ ਨਹੀਂ ਹੈਗਾ ਪਤਾ ਨਹੀਂ 26 ਜਨਵਰੀ 'ਤੇ ਮਿਲੀ ਸੀ ਪਤਾ ਨਹੀਂ 15 ਅਗਸਤ 'ਤੇ ਮਿਲੀ ਸੀਗੀ ਪਰ ਇਹ ਸਾਨੂੰ ਸਨਮਾਨ ਕੀਤਾ ਗਿਆ ਸੀ ਸਨਮਾਨਿਤ ਕੀਤਾ ਗਿਆ ਸੀਗਾ ਕਰੋਨਾ 'ਚ ਜੋ ਸੇਵਾ ਨਿਭਾਈ ਸੀਗੀ ਤਾਂ ਇੱਦਾਂ ਦੀਆਂ ਬਸ ਗੱਲਾਂ ਨੇਗੀਆਂ ਅਤੇ ਆ ਮੇਰੇ ਕੋਲ ਨਹੀਂ ਹੋ ਗਿਆ ਅਤੇ ਉਮੀਦ ਕਰਦਾ ਹੈਗਾ ਸਹੀ ਦਿਖ ਰਿਹਾ ਹੋਊਗਾ ਅਤੇ ਮੈਨੂੰ ਹੁਣ ਇਹਨੂੰ ਇਹਨੂੰ ਮੇਰੇ ਵੱਲ ਤਾਂ ਹੋ ਗਿਆ ਮੈਨੂੰ ਸਾਹਮਣਾ ਨਹੀਂ ਆ ਰਿਹਾ ਅਤੇ ਇਹ ਫੋਟੋ ਮੇਰੇ ਯਾਦ ਆ ਗਈ ਇਹ ਫੋਟੋ ਪਤਾ ਕੀ ਹੋਇਆ ਸੀਗਾ ਇਹ ਫੋਟੋ ਮੈਨੂੰ ਮਿਲੀ ਸੀ 26 ਜਨਵਰੀ 'ਤੇ ਅਤੇ ਪਹਿਲਾਂ ਜਿਹੜੇ ਲਾਸਟ 15 ਅਗਸਤ 'ਤੇ ਵੀ ਮੈਨੂੰ ਸਨਮਾਨਿਤ ਕੀਤਾ ਗਿਆ ਸੀਗਾ ਉਹ ਸਾਡੀ ਟੀਮ ਨੂੰ ਸਾਰੀ ਨੂੰ ਹੀ ਕੀਤਾ ਗਿਆ ਸੀਗਾ ਅਤੇ ਉਹ ਮੈਂ ਭੁੱਲ ਗਿਆ ਮੈਂ ਕਨਫਿਊਜ਼ ਹੋ ਗਿਆ ਕਿਉਂਕਿ ਮੇਰੇ ਹੁਣ ਯਾਦ ਆਇਆ ਮੇਰੇ ਬਲੈਕ ਟੀ ਸ਼ਰਟ ਪਾਈ ਹੋਈ ਸੀ ਇਸ 15 ਅਗਸਤ 'ਤੇ ਜਦੋਂ ਸਨਮਾਨਿਤ ਕੀਤਾ ਗਿਆ ਸੀਗਾ ਤਾਂ ਮੇਰੇ ਬਲੈਕ ਟੀ ਸ਼ਰਟ ਪਾਈ ਗਈ ਸੀਗੀ ਪਾਈ ਹੋਈ ਸੀਗੀ ਅਤੇ ਇਹ 26 ਜਨਵਰੀ 'ਤੇ ਇਸ ਕਰਕੇ ਯਾਦ ਨਹੀਂ ਰਿਹਾ ਕਿਉਂਕਿ ਪਿਛਲੀ 15 ਅਗਸਤ 'ਤੇ ਵੀ ਸਨਮਾਨ ਮਿਲਿਆ ਸੀਗਾ ਅਤੇ ਉਹਦੀ ਮੈਂ ਜਿਹੜੀ ਆਪਣੀ ਆ ਉਹਦੀ ਫੋਟੋ ਨਹੀਂ ਕਢਵਾਈ ਉਹ ਭੁੱਲ ਗਏ ਦਿਮਾਗ 'ਚੋਂ ਨਿਕਲ ਗਿਆ ਵੀ 15 ਅਗਸਤ 'ਤੇ ਵੀ ਜਿਹੜੀ ਆਪਾਂ ਨੂੰ ਪਿਛਲੀ ਲਾਸਟ 15 ਅਗਸਤ 'ਤੇ ਸਨਮਾਨਿਤ ਕੀਤਾ ਗਿਆ ਸੀਗਾ ਉਹ ਫੋਟੋ ਕਢਵਾਉਣੀ ਭੁੱਲ ਗਏ ਹਾਂ ਅਤੇ ਹਾਂਜੀ ਦੋਸਤੋ ਇੱਕ ਸੁਨੇਹਾ ਵੀ ਹੈਗਾ ਅਤੇ ਮੈਂ ਗਿੰਬਲ 'ਚ ਹਾਂ ਹੁਣ ਇਹਨੂੰ ਹੁਣ ਵੀ ਇਹਨੂੰ ਯੂਜ਼ ਕਰ ਰਿਹਾ ਅਤੇ ਇੱਕ ਸੁਨੇਹਾ ਵੀ ਬਾਈ ਇੱਕ ਆਪਣਾ ਗਿਵ ਅਵੇ ਆ ਰਿਹਾ ਸੀਗਾ ਪਰ ਤੁਹਾਨੂੰ ਪਤਾ ਹੀ ਹੈਗਾ ਉਹਦਾ ਮੈਨੂੰ ਲੱਗਦਾ ਕੱਲ੍ਹ ਨੂੰ ਰਿਜ਼ਲਟ ਸੀਗਾ ਸ਼ਾਇਦ ਲਾਸਟ ਡੇਟ 'ਤੇ ਆਹ ਮਹੀਨੇ ਦੀ ਲਾਸਟ ਡੇਟ 'ਤੇ ਰਿਜ਼ਲਟ ਸੀਗਾ ਪਰ ਤੁਹਾਨੂੰ ਪਤਾ ਹੀ ਹੈ ਯਾਰ ਵੀ ਆਪਣੇ ਨਾਲ ਸੈਂਟਰ ਵਾਲਾ ਕੰਮ ਕੀ ਕਿੰਨਾ ਮਾੜਾ ਹੋ ਰਿਹਾ ਅਤੇ ਖੂਨ ਖੋਲਦਾ ਬਾਈ ਚੈਨਲ ਦੇਖ ਦੇਖ ਕੇ ਨਿਊਜ਼ ਦੇਖ ਦੇਖ ਕੇ ਜਿਹੜੇ ਨਿਊਜ਼ ਚੈਨਲਾਂ 'ਤੇ ਖਬਰਾਂ ਲਾ ਰਹੇ ਨੇਗੇ ਉਹ ਕਿੰਨਾ ਉਲਟ ਕਿੰਨਾ ਨੈਗੇਟਿਵ ਦਿਖਾ ਰਹੇ ਨੇਗੇ ਅਤੇ ਅੱਜ ਹੋਇਆ ਕਿਹੜਾ ਤੱਕ ਹੈਗਾ ਅਤੇ ਉਹਦੇ ਉੱਤੇ ਦਿਖਾ ਕੀ ਰਹੇ ਨੇਗੇ ਉਹ ਬਹੁਤ ਖੂਨ ਖੋਲਦਾ ਬਾਈ ਉਹ ਚੀਜ਼ਾਂ 'ਤੇ ਅਤੇ ਜਿਹੜਾ ਸਾਡਾ ਗਿਵ ਅਵੇ ਸੀਗਾ ਉਹ ਆਪਾਂ ਨੇ ਅੱਗੇ ਪੋਸਟਪੋਨ ਕਰ ਦਿੱਤਾ ਹੈਗਾ ਉਹ ਹੁਣ ਅਗਲੇ ਮਹੀਨੇ ਦੀ 9 ਤਰੀਕ ਤੱਕ ਕਰ ਦਿੱਤਾ ਨਾਲੇ ਉਦੋਂ ਰਣਵੀਰ ਦਾ ਜਨਮ ਦਿਨ ਹੈਗਾ ਅਤੇ ਉਹਦੇ ਉੱਤੇ ਉਹ ਗਿਵ ਅਵੇ ਆਪਾਂ ਕਰ ਦਾਂਗੇ ਅਤੇ ਇੰਸਟਾਗ੍ਰਾਮ 'ਤੇ ਤੁਸੀਂ ਸਾਡੇ ਜਾ ਕੇ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ ਉਹਦੇ ਵਿੱਚ ਅਤੇ 5 ਇਨਾਮ ਜਿੱਤ ਸਕਦੇ ਹੋਗੇ ਇੰਸਟਾਗ੍ਰਾਮ 'ਤੇ ਤੁਸੀਂ ਜਾ ਕੇ ਉਹਦੇ ਵਿੱਚ ਵੀਡੀਓ ਦਿੱਤੀ ਹੋਈ ਹੈਗੀ ਅਤੇ ਉਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ ਅਤੇ ਨਾਲੇ ਇਨਾਮ ਜਿੱਤ ਸਕਦੇ ਹੋਗੇ ਅਤੇ ਉਹ ਵੀਡੀਓ ਵੀ ਸ਼ਾਇਦ ਮੈਂ ਵੀ ਪਾ ਦਾਂ ਯੂਟਿਊਬ 'ਤੇ ਪਾ ਦਾਂ ਜਾਂ ਕੁਲਵਿੰਦਰ ਵੀਰਾ ਲਾਈਵ ਹੋਵੇ ਅਮੈਰੀਕਾ ਤੋਂ ਅਤੇ ਹੁਣ ਉਹ ਚੀਜ਼ਾਂ ਕਰਦੇ ਚੰਗੇ ਵੀ ਨਹੀਂ ਲੱਗਦੇ ਹੈਗੇ ਯਾਰ ਵੀ ਹਨਾ ਵੀ ਆਪਾਂ ਕੋਈ ਗਿਫਟ ਤੋਹਫੇ ਬਣਦੇ ਫਿਰੀਏ ਅਤੇ ਉੱਧਰ ਆਪਣਾ ਇੰਨਾ ਵੱਡਾ ਨੁਕਸਾਨ ਹੋਇਆ ਹੋਇਆਗਾ ਅਤੇ ਜਿਹੜਾ ਪਿਛਲੇ ਮਹੀਨੇ ਮੁੰਡਾ ਜਿੱਤਿਆ ਸੀ ਜੋਬਨ ਉਹਨੇ 2-3 ਦਿਨ ਹੋ ਗਏ ਮੇਰਾ ਫੋਨ ਨਹੀਂ ਚੱਕ ਰਿਹਾ ਪੈਸੇ ਮੈਂ ਉਹਨੂੰ ਦੇਤੇ ਸੀਗੇ 13,000 ਰੁਪਏ ਕੈਸ਼ ਉਹਦੀ ਵੀ ਵੀਡੀਓ ਦੇਖਦੇ ਹਾਂ ਕੀ ਕਹਿੰਦਾ ਹੈਗਾ ਉਹਨੂੰ ਕਿਹਾ ਸੀ ਵੀ ਤੂੰ ਵੀਡੀਓ ਤਾਂ ਭੇਜ ਦੇ ਘੱਟੋ ਘੱਟ ਯਾਰ ਵੀ ਲੋਕਾਂ ਨੂੰ ਮੋਟੀਵੇਸ਼ਨ ਮਿਲਦੇ ਨਾਲੇ ਪਤਾ ਲੱਗਦਾ ਵੀ ਹਾਂ ਵੀ ਇਹ ਪਿਛਲੇ ਮਹੀਨੇ ਵੀ 13,000 ਰੁਪਏ ਕੈਸ਼ ਕਿਸੇ ਸਬਸਕ੍ਰਾਈਬਰ ਭਰਾ ਨੂੰ ਦਿੱਤਾ ਸੀ ਉਹ ਵੀਡੀਓ ਨਹੀਂ ਭੇਜ ਰਿਹਾ ਬੰਦਾ ਅਤੇ ਉਹ ਵੀ ਦੇਖਦੇ ਹਾਂ ਉਹਦੀ ਵੀਡੀਓ ਮੰਗਾ ਕੇ ਆਪਾਂ ਪਾਉਣੇਗੇ ਤੁਹਾਡੇ ਨਾਲ ਅਤੇ ਬਾਕੀ ਓਕੇ ਆ ਸਾਰਾ ਕੁਝ ਗੱਲਬਾਤ ਕਰੀਏ ਮੇਰਾ ਦਿਲ ਕਰਦਾ ਲਾਈਵ ਹੋ ਜਾ ਪਰ ਲਾਈਵ ਮੇਰੇ ਤੋਂ ਜ਼ਿਆਦਾ ਕੁਝ ਬੋਲਿਆ ਜਾਊਗਾ ਅਤੇ ਇਸ ਕਰਕੇ ਲਾਈਵ ਹੋਣ ਦਾ ਇਸ ਟਾਈਮ ਫਾਇਦਾ ਨਹੀਂ ਕੋਈ ਬਾਕੀ ਵੀਰੇ ਕਿਵੇਂ ਲੱਗੀ ਅੱਜ ਦੀ ਵੀਡੀਓ ਆ ਸਾਰੀ ਜਿਹੜੀਆਂ ਅਤੇ ਵੀਡੀਓ ਕੁਆਲਿਟੀ 'ਚ ਕੋਈ ਫਰਕ ਪਿਆ ਜ਼ਰੂਰ ਦੱਸਿਓ ਅਤੇ ਪਹਿਲਾਂ ਨਾਲੋਂ ਕੁਛ ਸੁਧਾਰ ਆਇਆ ਉਹ ਜ਼ਰੂਰ ਦੱਸਿਓ ਅਤੇ ਹੋਰ ਕੀ ਸੁਧਾਰ ਕਰ ਸਕਦੇ ਹਾਂ ਉਹ ਵੀ ਜ਼ਰੂਰ ਦੱਸਿਓ ਮੈਂ ਸਿੱਧੇ ਸਾਧੇ ਬੰਦੇ ਹਾਂ ਬਾਈ ਹੈ ਨਾ ਵੀ ਜ਼ਿਆਦਾ ਪੈਸੇ ਨਹੀਂ ਲਾਏ ਯੂਟਿਊਬ ਦੇ ਵਿੱਚ ਆਉਣ ਲਈ ਜਾਂ ਮੇਰਾ ਕੋਈ ਸੁਪਨਾ ਨਹੀਂ ਸੀ ਇਹ ਕੁਲਵਿੰਦਰ ਵੀਰਾ ਕਰਾ ਰਹੇ ਕਹਿੰਦੇ ਜਿਹੜਾ ਕੋਈ ਵੀ ਕਰਾ ਰਹੇਗਾ ਇਹ ਕੁਲਵਿੰਦਰ ਵੀਰੇ ਦੇ ਰਾਹੀਂ ਹੀ ਹੋ ਰਹੇਗਾ ਵੀਰਾ ਮੋਟੀਵੇਟ ਕਰਦਾ ਰਹਿੰਦਾ ਵੀਰਾ ਵੀਡੀਓ ਪਾ ਵਿਕਰਮ ਇਹ ਕਰਿਆ ਕਰਿਆ ਐਵੇਂ ਕਰਿਆ ਕਰ ਸਾਰਾ ਕੁਝ ਟਰੈਕਟਰ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਵੀ ਬਾਈ ਦੇ ਤੋਹਫੇ ਨੇਗੇ ਆਪਣੇ ਕੋਲ ਤਾਂ ਅਤੇ ਬਸ ਇਸੇ ਤਰੀਕੇ ਨਾਲ ਬਾਈ ਨਾਲ ਵੀ ਪਿਆਰ ਬਣਿਆ ਰਹੇ ਬਸ ਬਹੁਤ ਵੱਡੀ ਸਪੋਰਟ ਹੈ ਵੀਰੇ ਦੀ ਕੁਲਵਿੰਦਰ ਵੀਰੇ ਦੀ ਮੈਨੂੰ ਅਤੇ ਇਸੇ ਤਰੀਕੇ ਨਾਲ ਬਸ ਤੁਸੀਂ ਵੀ ਸਾਡੇ ਨਾਲ ਪਿਆਰ ਬਣਾਈ ਰੱਖਿਓ ਅਤੇ ਅੱਜ ਇੱਕ ਛੋਟੀ ਜਿਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਉਮੀਦ ਕਰਦਾ ਵੀ ਇਹ ਚੀਜ਼ਾਂ ਤੁਹਾਨੂੰ ਪਸੰਦ ਆਈਆਂ ਹੋਣੀਆਂ ਅਤੇ ਜਿਹੜੇ ਯੂਟਿਊਬ ਨੂੰ ਕਰਨਾ ਚਾਹੁੰਦੇ ਨੇ ਠੀਕ ਹੈ ਅਤੇ ਉਹ ਜ਼ਰੂਰ ਵੀ ਧਿਆਨ ਦੇਣਗੇ ਅਤੇ ਮੈਨੂੰ ਵੀ ਦੇਖਣਗੇ ਇੱਕ ਵਾਰ ਕਿਉਂਕਿ ਉਹ ਤੁਸੀਂ ਨਾ ਵੀਰੇ ਮੈਂ ਐਡੇ ਇੰਨੇ ਯੋਗਾ ਹੈ ਤਾਂ ਹੈ ਨਹੀਂ ਵੀ ਆਪਾਂ ਹੈ ਨਾ ਤੁਹਾਨੂੰ ਸੁਨੇਹਾ ਦੇ ਸਕਾਂ ਪਰ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਮੈਂ ਆਪਣੇ ਖਾਸ ਦੋਸਤਾਂ ਨੂੰ ਵੀ ਕਹੀ ਸੀ ਉਹਨਾਂ ਨੂੰ ਇਹ ਗੱਲਾਂ ਵੀ ਉਹਨਾਂ ਨੂੰ ਐਂ ਲੱਗਦਾ ਸੀ ਵੀ ਇਹ ਉਹੀ ਮਾਰੀ ਜਾਂਦਾ ਹੈ ਨਾ ਅਤੇ ਬਾਅਦ 'ਚੋਂ ਜੈਲਸ ਫੀਲ ਕਰਨ ਲੱਗ ਜਾਂਦੇ ਨੇ ਫਿਰ ਉਹੀ ਬੰਦੇ ਆਪਣੇ ਅਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਵੀਰੇ ਤੁਸੀਂ ਇਨਵੈਸਟਮੈਂਟ ਨਾ ਕਰੋ ਵਿੱਚ ਫਾਲਤੂ ਇਨਵੈਸਟਮੈਂਟ ਨਾ ਕਰੋ ਵੀ ਤੁਹਾਡਾ ਪੈਸਾ ਵੀ ਬਲੋਕ ਹੋਵੇ ਅਤੇ ਤੁਹਾਨੂੰ ਦੁੱਖ ਵੀ ਜ਼ਿਆਦਾ ਲੱਗੇ ਅਤੇ ਇਹ ਯੂਟਿਊਬ ਤੁਸੀਂ ਬਸ ਮਿਹਨਤ ਕਰੀ ਜਾਓ ਤੁਸੀਂ ਆਪਣੀ ਮਿਹਨਤ ਦਿਖਾਈ ਜਾਓ ਅਤੇ ਇਹੀ ਬਸ ਮੈਂ ਬਾਈ ਬੇਨਤੀ ਕਰਦਾ ਹੈ ਨਾ ਵੀ ਘੱਟ ਤੋਂ ਘੱਟ ਅੱਜ ਕੋਸ਼ਿਸ਼ ਇਹੀ ਕੀਤੀ ਹੈ ਵੀ ਕਈ ਵਾਰ ਹੁੰਦਾ ਵੀ ਮਾਈਕ ਲੈਣਾ ਜੀ ਵੱਡਾ ਕੈਮਰਾ ਹੀ ਲੈਣਾ ਹੈਗਾ ਆਹ ਸਿੰਪਲ ਜਿਹਾ ਫੋਨ ਹੈ ਹਾਲੇ ਤੱਕ ਦੇਖ ਲਓ ਤੁਸੀਂ 5,000 ਦਾ ਫੋਨ ਹੈ
इस टाइम यहाँ 5,000 भी जो मैं बेचन जावा ना किसी ने 5,000 भी नहीं देना। तो तुम आप सोच लो भी वो 5,000 के फोन मैं वीडियोज़ बना रहेगा तो अज मैं 8-10,000 रुपया मैं खर्चा किया अज वह भी जो मेरे 81,000 सबसक्राइबर हो गए उदो मैं 8-10,000 वीडियो वास्ते मैं जी असल भी बस हार्डवर्क मेहनत भज दौड़ इनफॉर्मेशन सारा कुछ वो दिखाने की कोशिश करता है तो खुलिया होया थोड़ा जहा बोलन से खुलिया होया करके थोड़ी जी वीडियोज़ तुहानू सही लगदिया नेगियां तो जो कम दिखाने थोनू भी ये करके तुसी प्यार दे जाने होगे तो बस दूसरे भरावान भी कहूँगा जो यूट्यूब शुरू करना चाहते हैं वो भी इस तरीके बस भी घट इनवैसमेंट कर वर्क हार्ड कर बस यही चीज़ा मैं तुम्हें दिखाई सी उम्मीद करता वीडियो वधिया लगी होगी तो कलू यही चीज़ा ना हूँ अपनी डेयर ट्रैक्टर की वीडियो नैक्सट आने वाली नेगियां वो पंजाबी ब्लॉग विद जय सिंह भी आनगियां वो भी अपना चैनल पंजाबी ब्लॉग विद जय सिंह उन्होंने वो सबसक्राइब कर लो तो मिलते हैं जी अगली वीडियो के इस तरीके प्यार बनाई रखो धन्यवाद।